जो भी चाहुंदा उही फल पा लैंदा, क्योंकि संतां दे सत्संग विच आया होया कोई जीव खाली नहीं जांदा, कोई ना कोई जरूर लैके जांदा। चार पदार्थ जे को मंगै साध जना की सेवा लागै, पार ब्रह्म साध रित बसै, नानक उधरै साध सुन रसै। संतां दे हिरदे च पार ब्रह्म बस रहा। महाराज फरमाउंदे संतां दी रस है, रसना तो उपदेश सुनने वाला जीव तर जांदा है। साध कै संग सुनो हर नाओ, साध संग हर के गुण गाओ। संतां दे संग करके हरि नाम सुनो, संतां दे संग करके हरि दे गुण गाओ। साध कै संग ना मन ते बिसरै, साध संग सर पर निस्तरै। संतां दे संग करके जीव दे मन विचों वाहिगुरु भुलदा नहीं, ते उन्हां दा संग करके जीव सर पर हुंदा जरूर बार जरूर तर जांदा है। साध कै संग लगै परम मीठा, साधु कै संग कट कट डीठा। संतां दे संग करके वाहिगुरु आप मीठा प्यारा लगता, प्रभु का भाणा मिठा लगता। संतां दे संग करके वाहिगुरु नूं घट घट हिरदिया हिरदिया च देख लईदा। साध संग पए आग्याकारी, साध संगत पई हमारी। संतां दे संग करके असीं आग्याकारी भाव हुक्मी बंदे हो गए हाँ, ते संतां दे संग करके साडी गात भाव मुक्ति हो गई है। साध कै संग मिटे सब रोग, नानक साध भेटे संजोग। संतां दे संग करके सारे रोग मिट गए, पर महाराज कहिंदे संत पूर्ण संजोग भाव भागां नाल आ के मिलदे आ, इह सारिआं नूं ही उहनां दी संगत हुंदी। साध की महिमा वेद न जान है, जेता सुनै तेता बखियान है। संतां दी महिमा वेद भी नहीं जाणदे, उह जिन्ना कु सुणदे आ उन्ना ही बखियाना भाव कथन करदे ने। साध की उपमा त्यो गुण ते दूर, साध की उपमा रही भरपूर। संतां दी उपमा रजो सतो तमो तिन्ना गुणा तो दूर है, त्रिगुणात्मक माया तो भी दूर है। संतां दी उपमा सारिआं स्थानां पर भरपूर हो रही भाव समा रही है तिन्ना लोकां विच ही। साध की शोभा का नाहीं अंत, साध की शोभा सदा बेअंत। संतां दी शोभा जिहड़ी हुंदी महिमा दा कोई अंत नहीं आउंदा, संतां दी शोभा सदा ही बेअंत है। साध की शोभा ऊच ते ऊची, साध की शोभा मूच ते मूची। संतां दी शोभा ऊचिआं तों ऊची है, संतां दी शोभा मूच ते मूची। मूच हुंदा बहुत ज़्यादा विस्थार वाली, बहुती तो बहुती है। साध की शोभा साध बन आई, नानक साध प्रभ भेद न पाई। संतां दी शोभा संतां नूं बन आउंदी है। महाराज फरमाउंदे भाई साध ते प्रभु विच कोई फर्क नहीं हुंदा। रविदास भणै जो जाणै सो जाण, संत अनंत है अंतर नाहीं। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਹ ਕਿਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਬ੍ਰਹਮ ਗਿਆਨੀ ਦੇ ਕੀ ਲੱਛਣ ਆ? ਮਹਾਰਾਜ ਫਰਮਾਉਂਦੇ ਸਲੋਕ ਵਿੱਚ, ਭਾਈ ਜੀ ਦੇ ਮਨ ਵਿੱਚ ਸੱਚਾ ਵਾਹਿਗੁਰੂ ਹੈ ਅਤੇ ਮੁੱਖ ਵਿੱਚ ਵੀ ਉਹ ਸਦਾ ਵਾਹਿਗੁਰੂ ਵਾਹਿਗੁਰੂ ਕਹਿੰਦਾ। ਅੱਖਾਂ ਨਾਲ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਵੇਖਦਾ ਨਹੀਂ। ਸਤਿਗੁਰੂ ਫਰਮਾਉਂਦੇ ਇਹਨਾਂ ਸਾਰੇ ਲੱਛਣਾਂ ਵਾਲਾ ਕੋਈ ਵੀ ਜਿਹੜਾ ਜੀਵ ਹੈ ਨਾ, ਉਹ ਜੀਵ ਪੁਣੇ ਤੋਂ ਹਟ ਕੇ ਆਤਮਕ ਤੌਰ 'ਤੇ ਬ੍ਰਹਮ ਗਿਆਨੀ ਹੁੰਦਾ। ਅੱਗੋਂ ਬ੍ਰਹਮ ਗਿਆਨੀ ਦੀ ਮਹਿਮਾ ਫਰਮਾਉਂਦੇ ਮਹਾਰਾਜ ਆਪ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਆਲੇਪ। ਅੱਠ ਪੌੜੀਆਂ ਫਰਮਾਉਂਦੇ ਅੱਗੇ ਬ੍ਰਹਮ ਗਿਆਨੀ ਪ੍ਰਤੀ। ਬ੍ਰਹਮ ਗਿਆਨੀ ਸੰਸਾਰਕ ਪਦਾਰਥਾਂ 'ਚ ਵੱਸਦਾ ਰਸਦਾ ਫਿਰ ਮਾਇਆ ਤੋਂ ਸਦਾ ਨਿਰਲੇਪ ਅਸੰਗ ਰਹਿੰਦਾ। ਜਿਵੇਂ ਪਾਣੀ ਵਿੱਚ ਖੜ੍ਹਾ ਕਮਲ ਫੁੱਲ ਪਾਣੀ ਤੋਂ ਅਲੇਪ ਹੁੰਦਾ, ਨਿਰਲੇਪ ਰਹਿੰਦਾ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ। ਬ੍ਰਹਮ ਗਿਆਨੀ ਸਾਰੇ ਭੋਗਾਂ ਨੂੰ ਭੋਗਦਾ ਹੋਇਆ ਵੀ ਸਦਾ ਹੀ ਇਸ ਤਰ੍ਹਾਂ ਦੋਸ਼ਾਂ ਤੋਂ ਰਹਿਤ ਹੈ, ਜਿਵੇਂ ਸੂਰਜ ਸਾਰੇ ਗੰਦਗੀ ਆਦਿਕ ਨੀਚ ਰਸਾਂ ਨੂੰ ਸੁਕਾਉਂਦਾ ਹੋਇਆ ਵੀ ਕਲੰਕ ਤੋਂ ਰਹਿਤ ਹੈ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੌ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ 'ਚ ਸਾਰੇ ਜੀਵ ਇੱਕ ਸਮਾਨ ਹੀ ਹੈ, ਜਿਵੇਂ ਰਾਜੇ ਅਤੇ ਗਰੀਬ ਨੂੰ ਪਵਾਨ ਹੁੰਦਾ, ਪਾਉਣ ਹਵਾ ਇੱਕੋ ਜਿਹੀ ਲੱਗਦੀ ਹੈ, ਉਹ ਨਹੀਂ ਦੇਖਦੀ ਕੌਣ ਹੈ ਇਹ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਵਸਦਾ ਕਉ ਖੋਦੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਦੇ ਹਿਰਦੇ 'ਚ ਇੱਕ ਧੀਰਜ ਮੁੱਖ ਹੈ, ਧੀਰਜ ਸੁਨਿਆਰ। ਜਿਸ ਤਰ੍ਹਾਂ ਵਸਦਾ ਧਰਤੀ ਨੂੰ ਭਾਵੇਂ ਕੋਈ ਪੱਟਦਾ, ਭਾਵੇਂ ਕੋਈ ਚੰਦਨ ਦਾ ਪੋਚਾ ਫੇਰੀ ਜਾਂਦਾ, ਧਰਤੀ ਦੋਹਾਂ ਨੂੰ ਕੁਛ ਨਹੀਂ ਕਹਿੰਦੀ। ਪੁੱਟਣ ਵਾਲੇ ਨੂੰ ਸਰਾਪ ਨਹੀਂ ਦਿੰਦੀ ਅਤੇ ਚੰਦਨ ਦਾ ਪੋਚਾ ਫੇਰਨ ਵਾਲੇ ਨੂੰ ਵਰ ਨਹੀਂ ਦਿੰਦੀ। ਇਸੇ ਤਰ੍ਹਾਂ ਬ੍ਰਹਮ ਗਿਆਨੀ ਜਿਹੜੀ ਸੇਵਾ ਕਰਨੀ ਹੈ, ਸੇਵਾ ਕਰਨ ਵਾਲੇ ਨੂੰ ਪ੍ਰਸੰਨ ਹੋ ਕੇ ਵਰ ਨਹੀਂ ਦਿੰਦਾ, ਦੁੱਖ ਦੇਣ ਵਾਲੇ ਨੂੰ ਸਰਾਪ ਨਹੀਂ ਦਿੰਦਾ। ਜੇ ਵਰ ਸਰਾਪ ਦੇਵੇ ਵੀ ਸਹੀ ਤਾਂ ਉਹ ਦਵੈਤ ਭਾਵਨਾ ਨਾਲ ਨਹੀਂ ਦਿੰਦਾ,
ਪੁਰਸ਼ਾਂ ਦੀ ਆਪੋ ਆਪਣੀ ਭਾਵਨਾ ਹੀ ਵਰ ਸਰਾਪ ਹੁੰਦੀ ਹੈ, ਜਿਹੋ ਜਿਹੀ ਕੋਈ ਕਰ ਲਊ ਉਹੋ ਜਿਹੀ ਭਰ ਲਊ। ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹੁ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾਉ। ਮਹਾਰਾਜ ਫਰਮਾਉਂਦੇ ਜਿਵੇਂ ਪਾਵਕ ਹੁੰਦੀ ਅੱਗ, ਅੱਗ ਦਾ ਸੁੱਤੇ ਸਿੱਧ ਸੁਭਾਅ, ਅੱਗ ਦੇ ਕੋਲ ਜਿਹੜਾ ਵੀ ਬੰਦਾ ਆਉਂਦਾ ਉਹਦਾ ਹਨੇਰਾ, ਡਰ, ਠੰਡ ਸਭ ਦੂਰ ਕਰ ਦਿੰਦੀ। ਇਸੇ ਤਰ੍ਹਾਂ ਬ੍ਰਹਮ ਗਿਆਨੀ ਵਿੱਚ ਵੀ ਇਹੋ ਗੁਣ ਹੈ। ਬ੍ਰਹਮ ਗਿਆਨੀ ਕੋਲ ਚੱਲ ਕੇ ਜੋ ਆਉਂਦਾ ਉਹਦਾ ਅਗਿਆਨ ਰੂਪ ਹਨੇਰਾ, ਜਨਮ ਮਰਨ, ਜਮਾਂ ਦਾ ਡਰ ਅਤੇ ਜੜਤਾ ਰੂਪ ਠੰਡ ਨੂੰ ਦੂਰ ਕਰ ਦਿੰਦੇ ਆ। ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਇਸ ਤਰ੍ਹਾਂ ਨਿਰਮਲ ਤੋਂ ਨਿਰਮਲ ਹੁੰਦਾ ਜਿਸ ਤਰ੍ਹਾਂ ਜਲਾ ਹੁੰਦਾ, ਜਲ ਨੂੰ ਕੋਈ ਮੈਲ ਨਹੀਂ ਲੱਗਦੀ, ਦੂਜਿਆਂ ਦੀ ਮੈਲ ਲਾ ਦਿੰਦਾ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਤਾਰੀ ਉੱਪਰੇ ਆਕਾਸ। ਬ੍ਰਹਮ ਗਿਆਨੀ ਦੇ ਮਨ ਵਿੱਚ ਬ੍ਰਹਮ ਦਾ ਪ੍ਰਕਾਸ਼ ਹੁੰਦਾ, ਜਿਸ ਤਰ੍ਹਾਂ ਧਰਤੀ ਉੱਪਰ ਹਰ ਪਾਸੇ ਆਕਾਸ਼ ਦਾ ਵਿਕਾਸ਼ ਦੇਖਦੇ ਹਾਂ, ਚਾਰੇ ਪਾਸੇ ਆਕਾਸ਼ ਹੈ, ਐਂ ਉਹਨੂੰ ਬ੍ਰਹਮ ਗਿਆਨ ਹੈ। ਸੋ ਆਕਾਸ਼ਾਚਾਰੀ ਜਿਹੜੇ ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਐਂ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ। ਬ੍ਰਹਮ ਗਿਆਨੀ ਕਹਿ ਮਿੱਤਰ ਸੱਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾ ਹੀ ਅਭਿਮਾਨ। ਬ੍ਰਹਮ ਗਿਆਨੀ ਦੇ ਹਿਰਦੇ ਸੱਜਣ ਦੁਸ਼ਮਣ ਇੱਕੋ ਸਮਾਨ ਹੀ ਹੁੰਦੇ ਸਾਰੇ। ਬ੍ਰਹਮ ਗਿਆਨੀ ਦੇ ਚਿੱਤ ਵਿੱਚ ਦੇਹ ਦਾ ਹੰਕਾਰ ਨਹੀਂ ਹੁੰਦਾ, ਆਪਣੇ ਬ੍ਰਹਮ ਗਿਆਨੀ ਦੇ ਹੋਣ ਦਾ ਵੀ ਹੰਕਾਰ ਨਹੀਂ ਹੁੰਦਾ। ਬ੍ਰਹਮ ਗਿਆਨੀ ਹੁੰਦਾ ਹੀ ਉਹ ਆ ਜਿਹਦਾ ਹੰਕਾਰ ਪਹਿਲਾਂ ਹੀ ਚੱਲਿਆ ਜਾਵੇ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਉੱਚਿਆਂ ਤੋਂ ਉੱਚਾ ਹੁੰਦਾ ਕਿਉਂਕਿ ਉਹ ਆਪਣੇ ਮਨ ਕਰਕੇ ਸਾਰਿਆਂ ਤੋਂ ਨੀਵਾਂ ਹੋ ਕੇ ਰਹਿੰਦਾ। ਆਪਸ ਕੋ ਜੋ ਜਾਣ ਨੀਚਾ ਸੋ ਗਨੀਆਂ ਸਭ ਤੇ ਉੱਚਾ। ਇਸ ਤਰ੍ਹਾਂ ਦੀ ਸਮਦ੍ਰਿਸ਼ਟੀ ਵਾਲੇ ਬ੍ਰਹਮ ਗਿਆਨੀ ਕਿਵੇਂ ਬਣਦੇ ਆ ਜੀ? ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਮਹਾਰਾਜ ਫਰਮਾਉਂਦੇ ਆ ਉਹ ਜੀਵ ਬ੍ਰਹਮ ਗਿਆਨੀ ਭਾਈ ਬਣਦੇ ਆ ਜਿਨ੍ਹਾਂ ਨੂੰ ਵਾਹਿਗੁਰੂ ਆਪ ਬ੍ਰਹਮ ਗਿਆਨੀ ਕਰਦਾ। ਆਪਣੇ ਆਪ ਨਹੀਂ ਕੋਈ ਬਣ ਜਾਂਦਾ ਹੁੰਦਾ, ਆਪਣੀ ਤਾਂ ਮਿਹਨਤ ਹੈ ਬਸ, ਕਰੀ ਚੱਲੋ ਕਰੀ ਚੱਲੋ, ਜਦੋਂ ਕਿਰਪਾ ਕਰਨਗੇ ਉਦੋਂ ਬਣ ਜੂਗਾ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਸਭ ਦੀ ਰੀਨਾ ਭਾਵ ਧੂੜ ਹੋ ਕੇ ਰਹਿੰਦਾ ਕਿਉਂਕਿ ਬ੍ਰਹਮ ਗਿਆਨੀ ਨੇ ਆਤਮ ਰਸ ਨੂੰ ਚੀਨਾ ਭਾਵ ਜਾਣ ਲਿਆ। ਆਤਮ ਰਸ ਦੇ ਜਾਣਨ ਵਾਲਾ ਹੀ ਸਭ ਤੋਂ ਨੀਵਾਂ ਹੁੰਦਾ, ਨਿਮਰਤਾ ਆ ਜਾਂਦੀ ਉਹਦੇ ਵਿੱਚ ਕਿਉਂਕਿ ਮਾਇਆ ਤੋਂ ਰਹਿਤ ਹੋ ਜਾਂਦਾ, ਮਾਇਆ ਦੇ ਵਿੱਚ ਹੀ ਹੰਕਾਰ ਹੁੰਦਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਦੀ ਸਾਰਿਆਂ ਉੱਤੇ ਹੁੰਦੀ ਕਿਰਪਾ ਦ੍ਰਿਸ਼ਟੀ, ਮਾਇਆ ਤੋਂ ਭਾਵ ਕਿਰਪਾ ਦ੍ਰਿਸ਼ਟੀ। ਇਸ ਲਈ ਬ੍ਰਹਮ ਗਿਆਨੀ ਪਾਸੋਂ ਕਿਸੇ ਦਾ ਕੋਈ ਬੁਰਾ ਨਹੀਂ ਹੁੰਦਾ, ਕਦੇ ਕੋਈ ਬੁਰਾ ਕਰਮ ਨਹੀਂ ਹੁੰਦਾ। ਬ੍ਰਹਮ ਗਿਆਨੀ ਤਾਂ ਭਲਾ ਹੀ ਭਲਾ ਕਰੀ ਜਾਂਦੇ ਨੇ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਸਦੀਵ ਕਾਲ ਸਮਦ੍ਰਿਸ਼ਟੀ ਜਾਂ ਇੱਕ ਸਮਾਨ ਸਾਰਿਆਂ ਨੂੰ ਦੇਖਦਾ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ, ਸਾਰਿਆਂ ਨੂੰ ਤਾਰੀ ਜਾਂਦੇ ਆ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਸੰਸਾਰਕ ਬੰਧਨਾਂ ਤੋਂ ਮੁਕਤ ਰੂਪ ਹੈ ਅਤੇ ਉਹਦੀ ਬਿਰਤੀ ਨਿਰਮਲ ਪਰਮਾਤਮਾ ਵਿੱਚ ਯੁਗਤਾ ਭਾਵ ਜੁੜੀ ਹੋਈ ਹੈ। ਜਗਿਆਸੂ ਨੂੰ ਸਮਝਾਉਣ ਵਾਸਤੇ ਬ੍ਰਹਮ ਗਿਆਨੀ ਦੀ ਯੁਗਤ ਨਿਰਮਲ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਦਾ ਭੋਜਨ ਹੀ ਬ੍ਰਹਮ ਗਿਆਨ ਹੁੰਦਾ ਹੈ। ਮਹਾਰਾਜ ਫਰਮਾਉਂਦੇ ਆ ਬ੍ਰਹਮ ਗਿਆਨੀ ਦਾ ਧਿਆਨ ਬ੍ਰਹਮ ਵਿੱਚ ਹੀ ਲੱਗਿਆ ਰਹਿੰਦਾ ਹਰ ਵਕਤ। ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ। ਬ੍ਰਹਮ ਗਿਆਨੀ ਦੀ ਇੱਕ ਪਰਮੇਸ਼ੁਰ ਉੱਤੇ ਆਸਾ ਟਿਕੀ ਰਹਿੰਦੀ, ਇੱਕ ਬ੍ਰਹਮ ਗਿਆਨੀ ਸਰਵ ਆਸਾ ਤੋਂ ਉੱਪਰ ਰਹਿੰਦਾ, ਉਪਰਾਮ ਰਹਿੰਦਾ, ਇਸ ਕਰਕੇ ਬ੍ਰਹਮ ਗਿਆਨੀ ਦਾ ਕਦੇ ਨਾਸ ਨਹੀਂ ਹੁੰਦਾ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਹੋ ਮਾਹਾ। ਬ੍ਰਹਮ ਗਿਆਨੀ ਦੇ ਹਿਰਦੇ 'ਚ ਗਰੀਬੀ ਦਾ ਸਮਾਹਾ ਭਾਵ ਆਨੰਦ ਹੁੰਦਾ, ਸਮਾਹੜਾ, ਅਤੇ ਬ੍ਰਹਮ ਗਿਆਨੀ ਨੂੰ ਪਰ ਉਪਕਾਰ ਕਰਨ ਦਾ ਉਮਾਹਾ ਉਤਸ਼ਾਹ ਹਮੇਸ਼ਾ ਹੀ ਬਣਿਆ ਰਹਿੰਦਾ ਹਰ ਵਕਤ ਹੀ। ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ। ਬ੍ਰਹਮ ਗਿਆਨੀ ਦੇ ਮਨ ਵਿੱਚ ਕੋਈ ਧੰਦਾ ਜੰਜਾਲ ਨਹੀਂ ਹੁੰਦਾ ਕਿਉਂਕਿ ਬ੍ਰਹਮ ਗਿਆਨੀ ਨੇ ਆਪਣੇ ਧਾਵਤ ਹੁੰਦਾ ਦੌੜਦੇ ਹੋਏ ਮਨ ਨੂੰ ਬੰਨ੍ਹ ਲਿਆ, ਆਪਣੇ ਵਸ 'ਚ ਕੀਤਾ ਹੋਇਆ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਪਾਸੋਂ ਜੋ ਕੁਝ ਵੀ ਹੁੰਦਾ ਭਲਾ ਹੀ ਹੁੰਦਾ, ਇਸ ਕਰਕੇ ਬ੍ਰਹਮ ਗਿਆਨੀ ਸ੍ਰੇਸ਼ਠ ਫਲਾਂ ਕਰਕੇ ਪ੍ਰਫੁੱਲਤ ਹੁੰਦਾ। ਬ੍ਰਹਮ ਗਿਆਨੀ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਦੇ ਸੰਗ ਨਾਲ ਸਭ ਦਾ ਉਧਾਰ ਹੁੰਦਾ ਹੈ। ਮਹਾਰਾਜ ਫਰਮਾਉਂਦੇ ਆ ਬ੍ਰਹਮ ਗਿਆਨੀ ਨੂੰ ਸਾਰਾ ਸੰਸਾਰ ਹੀ ਜਪਦਾ ਭਾਵ ਸਿਮਰਦਾ ਹੈ। ਬ੍ਰਹਮ ਗਿਆਨੀ ਕਹਿ ਏਕ ਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ।
ब्रह्म ज्ञानी दे मन नूं एक परमेश्वर दे प्रेम दा रंग चढ़िया रहिंदा। इसे करके प्रभु परमेश्वर ब्रह्म ज्ञानियों दे नाल आ के हिरदे च बैठा, देखण नूं शरीर लगदा बाहरों फलाना है, अंदर तां परमेश्वर आप ही वसदा है। ब्रह्म ज्ञानी कै नाम आधार, ब्रह्म ज्ञानी कै नाम परिवार। ब्रह्म ज्ञानी दे मन नूं एक नाम दा ही आसरा है। ब्रह्म ज्ञानी दे मन विच जो नाम है उसे नाम नूं उन्हां ने अपना परिवार बनाया होया, ये नाम ही मेरा परिवार है। ब्रह्म ज्ञानी सदा सद जागत, ब्रह्म ज्ञानी अहं बुद्ध त्यागत। ब्रह्म ज्ञानी ज्ञान जागृत सदा सदा जागता रहिंदा, अहंगता वाली बुद्धि नूं मूलों कई त्याग दिंदा। ब्रह्म ज्ञानी कह मन परमानंद, ब्रह्म ज्ञानी कह कर सदा आनंद। ब्रह्म ज्ञानी दे मन विच परम ब्रह्मानंद रहिंदा, ते ब्रह्म ज्ञानी दे अंतकरण रूप घर विच हमेशा आनंद खेड़ा रहिंदा। ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी सहज सुख पावा, आत्मक सुख च निवास करदा। महाराज फरमाउंदे इसे करके ब्रह्म ज्ञानी दा नाश नहीं हुंदा, भाव जन्म मरण विच नहीं आउंदा। ब्रह्म ज्ञानी कौन है महाराज? ब्रह्म ज्ञानी ब्रह्म का बेता, ब्रह्म ज्ञानी एक संग हेता। जो ब्रह्म दे बेता तो भाव जानन वाला उही ज्ञानी है ना। ब्रह्म ज्ञानी दा एक वाहिगुरु दे नाल ही हेता तो भाव प्रेम है। ब्रह्म ज्ञानी का होय अचिंत, ब्रह्म ज्ञानी का निर्मल मंत। ब्रह्म ज्ञानी दे हिरदे च अचिंतता ही बेफिक्री हुंदी हमेशा, चिंत चिंता सगली गई, प्रभ नानक 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 मई। सो इसे करके ब्रह्म ज्ञानी दा जिहड़ा मंत है, उपदेश है, वह निर्मल ते स्वच्छ हुंदा है। सही गल कह देनी है, चंगी लगे माड़ी लगे किसे नूं, करना भला अगले दा। ब्रह्म ज्ञानी जिस करै प्रभ आप, ब्रह्म ज्ञानी का बड़ प्रताप। जिन्हों वाहिगुरु आप ब्रह्म ज्ञानी करदा वह पुरश ब्रह्म ज्ञानी हुंदा। ब्रह्म ज्ञानी का प्रताप सारिया तो वड्डा हुंदा। ब्रह्म ज्ञानी का दर्श बड़भागी पाई है, ब्रह्म ज्ञानी का बाल बाल जाई है। ब्रह्म ज्ञानी का दर्शन बहुत वड्डिया भागां नाल पाई दा, मन बाणी करके ब्रह्म ज्ञानी तो असी बलिहार कुरबान जाते हैं। ब्रह्म ज्ञानी का खोज है महेश्वर, नानक ब्रह्म ज्ञानी आप परमेश्वर। ब्रह्म ज्ञानी नूं महेश्वर मही ईश्वर भाव धरती दे राजे खोजते फिरदे आ। महेश्वर शिवजी आदिक देवते भी लभदे फिरदे आ। महाराज फरमाउंदे ब्रह्म ज्ञानी आप परमेश्वर दा रूप है। ब्रह्म ज्ञानी की कीमत नाहे, ब्रह्म ज्ञानी कह सगल मन माहे। परमेश्वर रूप होण करके ब्रह्म ज्ञानी की कीमत पै नहीं सकदी, अते ब्रह्म ज्ञानी दे मन विच सारा संसार कल्पत रूप है। ब्रह्म ज्ञानी दे मन विच सारे शुभ गुण वास करदे ने। ब्रह्म ज्ञानी का कौन जानै भेद, ब्रह्म ज्ञानी कौ सदा आदेश। ब्रह्म ज्ञानी दा भेद कौन जाण सकदा? कोई नहीं जाण सकदा। इसलिए ब्रह्म ज्ञानी नूं सदा ही नमस्कार करनी चाहीदी है। ब्रह्म ज्ञानी का कथिया न जाए अदाक्षर, ब्रह्म ज्ञानी सर्व का ठाकुर। ब्रह्म ज्ञानी सारा पद है जिहड़ा, इस दा अद्धा अक्षर जो ब्रह्म है वह भी नहीं आख्या जाता। तो ब्रह्म ज्ञानी का अद्ध जिहड़ा आधार आसरा जो अक्षर नास तो रहत ब्रह्म है, वो बारे भी कुछ आख्या नहीं जाता। ब्रह्म ज्ञानी की महिमा का अद्धा अक्षर भी नहीं आख्या जा सकता, भाव थोड़ी भी उपमा नहीं कही जा सकती। ब्रह्म ज्ञानी सारिआं दा ठाकुर भाव स्वामी मालिक है। ब्रह्म ज्ञानी की मित कौन बखाना है, ब्रह्म ज्ञानी की गत ब्रह्म ज्ञानी जानै। ब्रह्म ज्ञानी की मित मर्यादा नूं कौन आख सकदा बई? ब्रह्म ज्ञानी की गति नूं ब्रह्म ज्ञानी आप ही जानदा है। ब्रह्म ज्ञानी का अंत न पार, नानक ब्रह्म ज्ञानी कहो सदा नमस्कार। ब्रह्म ज्ञानी दे पारावार दा कोई अंत नहीं है, इस करके असी ब्रह्म ज्ञानी नूं सदा ही नमस्कार करते हैं जी, मत्था टेकते हैं। ब्रह्म ज्ञानी सब सृष्ट का करता, ब्रह्म ज्ञानी सब जीव है नहीं मरता। ब्रह्म स्वरूप होने करके ब्रह्म ज्ञानी सारी सृष्टि का करता रचनहार है, सारी सृष्टताई का करता। ब्रह्म ज्ञानी सदा ज्यौंदा, कदे मरदा नहीं हुंदा। ब्रह्म ज्ञानी मुक्त जुगत जीव का दाता, ब्रह्म ज्ञानी पूर्ण पुरख विधाता। ब्रह्म ज्ञानी जीवन मुक्ति की जुगति का दाता है। ब्रह्म ज्ञानी सारे पूर्ण फल पर दाते, अकाल पुरख का रूप है। ब्रह्म ज्ञानी अनाथ का नाथ, ब्रह्म ज्ञानी का सब उपर हाथ। ब्रह्म ज्ञानी अनाथ हुंदा भाव यतीमां दा, अनाथ कहीए यतीमां दा नाथ स्वामी है। ब्रह्म ज्ञानी का सारे सिर उत्ते कृपा रूपी हाथ हुंदा, सारे का सहाई हुंदा।
ब्रह्म ज्ञानी का सगल आकार, ब्रह्म ज्ञानी आप निरंकार। यह संपूर्ण आकार ब्रह्म ज्ञानी का ही अपना ही है, क्योंकि ब्रह्म ज्ञानी सारे नूं अपना आप रूप निश्चय करता है। ब्रह्म ज्ञानी आप ही निरंकार स्वरूप हो जाता है। ब्रह्म ज्ञानी की शोभा ब्रह्म ज्ञानी बने, नानक ब्रह्म ज्ञानी सर्ब का तनी। ब्रह्म ज्ञानी की शोभा ब्रह्म ज्ञानी ने बनी फपदी है। महाराज कहने ब्रह्म ज्ञानी सारे का धनी तो पाप मालक है। श्लोक और तारै जो अंतर नाम, सर्ब मैं पेख है भगवान। निमख निमख ठाकुर नमस्कार, नानक ओह अपरस सगल निस्तार। हुण महाराज फरमाउंदे आ अलग अलग किस्मां दे अपरस हुंदे ने। इक जिहड़े वी मेरे नाल कोई छो ना जाए, भिट ना जावां मैं, उन्हां बारे जिक्र करदे। असली अपरस कौण है? अपरस पाठ नहीं करना। श्लोक विच फरमाउंदे आ जो अपने हिरदे अंदर नाम नूं धारण करदा ते सारिआं जीवां विच अकाल पुरख नूं परिपूर्ण वेखदा, हरेक समय विच परमात्मा नूं नमस्कार करदा। सो महाराज कहने उही अपरस महात्मा जिहड़ा सारिआं नूं तार लैंदा है। अष्टपदी मिथिया नाहीं रसना परस, मन मैं प्रीत निरंजन दर्स। जो जबान दे नाल झूठे बचना नहीं परसदा उचारदा, ते रसना नूं झूठे बचना नाल छोण नहीं दिंदा, अते मन विच निरंजन परमात्मा दे दर्शनां दी प्रीति रखदा है। पार त्रै रूप ना पेखा नेत्र, साधकी टहल संत संघेत। प्राई इस्त्री दे सुंदर रूप नूं विशे भावना करके अखां नाल नहीं वेखदा, संतां दी टहल करदा ते संतां नाल ही हेत कहीए प्रेम करदा। करन ना सुने काहू की निंदा, सब ते जाना आपस को मंदा। करन हुंदा कन, कन्ना नाल कहदे निंदिया नहीं सुनदा, सगों अपने आप नूं सब नालों माड़ा जानदा। इस करके गुरप्रसाद विखिया पर हरै, मन की वासना मन ते टरै। गुरां दी कृपा नाल विशिआं नूं पर हरै तो भाव दूर त्यागदा, मन दीआं खोटीआं वासना नूं मन चों दूर करदा। इंद्री जित पंच दोख ते रहत, नानक कोट मध्य को ऐसा अपरस। सतगुरु फरमाउंदे जो इंद्रिय जित है भाव इंद्रियां नूं काबू रखदा ते काम आदिक पंजां दोषां तों रहत है, ऐसा जीव अपरस करवाउण दे लायक करोड़ां विच्चों कोई इक्को ही हुंदा है। हुण दूजी पौड़ी च प्रश्न बेनती कीती गुरसिखां ने, महाराज कई वैष्णो हुंदे ने ते वैष्णो दे असली लक्षण की हुंदे ने? सतगुरु फरमाउंदे हन वैष्णो सो जिस उपर सो प्रसन्न, बिशन की माया ते होए भिन्न। जिस उत्ते वाहिगुरु आप प्रसन्न हुंदा, जो परमेश्वर की माया तो असंग रहिंदा निरलेप, उही विष्णु उपासना करन वाला असल वैष्णव है। कर्म करत होवै ने कर्म, तिस वैष्णो का निर्मल धर्म। जो कर्म करदा होया भी निष्काम हुंदा, वह वैष्णो का निर्मल धर्म है, वह वैष्णो का धर्म भी निर्मल है। काहू फल की इच्छा नहीं बाछै, केवल भगत कीर्तन संग राचै। जो किसी कर्म के फल की इच्छा नहीं चाहता निष्काम हुंदा, केवल परमेश्वर की भगती ते उहदे कीर्तन जस गाउण विच रचिया रहिंदा। मन तन अंतर सिमरन गोपाल, सब उपर होवत किरपाल। जिहदे मन तन के अंदर गोपाल परमेश्वर का सिमरन ते संसारक वरतों विच सब उत्ते किरपालू हुंदा, सारे विच अपना आप देखदा भाई कन्हैया जी वांगू। आप दृढ़ अवरह नाम जपावै, नानक ओह वैष्णो परम गत पावै। आप तो अपने मन विच नाम नूं पक्का करी रखदा ते होरनां नूं नाम जपाउंदा रहिंदा। सतगुरु फरमाउंदे ओह वैष्णो परम गत पाउंदा, कैवल मुक्ति पा लैंदा। हुण एक लक्षण ये भी हुंदे, भगौतीए हुंदे ने। एक उन्हां भगौतीआं बारे उन्हां दे महाराज की लक्षण ने? भगौती भगवंत भगत का रंग, सगल त्यागै दुष्ट का संग। भगौती हुंदा रासधारीए, रासधारी असली जिन्हों भगवान की भगती का रंग चढ़ गया, तो सारिया प्रतख दुष्टा का या काम क्रोध आदक का संघ जो साथ है संगत है छड़ दिंदा है। सो भगौती जो भगवंत है जाने, गुरप्रसादी आप पछाण है, धावत राख है एकत घरियाण है, जीवत मरै हर नाम बखाण है। ऐसा भगौती उत्तम होए, नानक सच समावै सोए। मन ते बिनसै सगला भरम, कर पूजै सगल पार ब्रह्म। उहदे मन चों सारा भरम दूर हो गया, सारिआं विच पार ब्रह्म नूं भरपूर करके, भरपूर जाण के पूजा करदा।
साध संग पापा मल खोवै तिस भगवती की मत उत्तम होवै। अते संतां दे संग विच बैठ के पापा रूपी मैल नूं खोवै भाव दूर करदा उस भगवती दी मत जिहड़ी बुद्धि उत्तम हुंदी है। भगवंत की टहल करै नित नीत मन तन अर्पै बिसन प्रीत। जो भगवती आ जिहड़ा परमेश्वर की टहल निता प्रति रोज करदा होर की कहना अपने मन तन नूं परमात्मा की प्रीति विच अर्पणी कर दिंदा। हर के चरण हिरदै बसावै नानक ऐसा भगवती भगवंत कौ पावै। अते हरी दे चरण नूं परमात्मा दे चरणां नूं हिरदे च वसाउंदा है। महाराज फरमाउंदे आ ऐसा भगवती आ परमेश्वर नूं पा लैंदा है। हुण बेनती कीती पंडित कौण हुंदा। महाराज पंडित दे लक्षण दसो। सो पंडित जो मन प्रबोध है राम नाम आत्म मह सोध है। पंडित वो है भाई जो अपने मन नूं पर हुंदा भली प्रकार बोध है ज्ञान दिंदा। अते आत्म हुंदा मन विच राम है नाम जिसका ओदा सोध है तो भाव निर्णा करदा है। सो पंडित जो तिहां गुणा की पंड उतारै राम नाम सार रस पीवै उस पंडित कै उपदेश जग जीवै। सब वेदां शास्त्रां दे सार सिद्धांत रूप राम नाम नूं रूपी रस नूं पींदा उस पंडित दे उपदेश करके जगत जिउंदा। हर की कथा हिरदै बसावै सो पंडित फिर जौन न आवै। जो हरि की कथा नूं अपने हिरदे च वसा लैंदा है वह पंडित फिर मुड़ के जूनियां च गेड़े नहीं खांदा। वेद पुराण सिमरत बूझै मूल सूखम मैं जानै अस्थूल। जो पंडित चार वेद अठारह पुराण सताई सिमरतियां दे मुढ परमात्मा नूं समझदा है बुझदा है अते सूखम सरूप निर्गुण ब्रह्म विच सारे स्थूल रूप ब्रह्मांड नूं कल्पत जानदा है। चाहो वरना कहो दे उपदेश नानक उस पंडित कहो सदा आदेश। फिर वह ब्राह्मण खत्री सूद वैसे इन्हां चारे ही वर्णा के जीवन जो प्रेम नाल उपदेश दिंदा है। महाराज फरमाते असीं उस पंडित नूं सदा ही नमस्कार करते हैं। बीज मंत्र सर्ब को ज्ञान चाहो वरना मैं जपै को नाम। बीज मंत्र हुंदा बीज मात्र अर्थात समानता करके सब नूं परमेश्वर का ज्ञान है। निक्के बच्चे कोलों पुछो वह भी कहिंदा ओ रब है। सब मंत्रां दा बीज कारण रूप ओंकार सहित सतनाम मंत्र है। उस नाम नूं चौहां जातां विचों चाहे कोई जपे उसे नूं ज्ञान दी प्राप्ति हुंदी है। जो जो जपै तिसकी गत होए साध संग पावै जन कोए। सतनाम वाहिगुरु मंत्र नूं जो जो पुरश जपेगा उहदी मुक्ति होवेगी। पर इस नाम नूं संतां दे संग विच मिल के कोई विरला ही जन जिहड़ा मनुख पाउंदा है। कर किरपा अंतर उतारै पस प्रेत मुक्त पाथर कौ तारै। जिस उत्ते अकाल पुरख किरपा करदा है वह नाम नूं हिरदे अंदर धार लैंदा। नाम ऐसा समर्थ है जो पशु प्रेत मूर्ख ते पत्थरां वांग करड़े सुभाव वाले बंदियां नूं भी प्रतख पत्थरां नूं भी तार दिंदा है। सर्व रोग का औखद नाम कल्याण रूप मंगल गुण गाम। सारिया रोगों की निवृत्ति का औखद हुंदा दारू नाम है। कल्याण स्वरूप जो परमेश्वर है मंगलों के करन वाला उहदे गुणा नूं गाम भाव गाओ। काहू जुगत कितै ना पाई है धर्म नानक तिस मिलै जिस लिखिया तुर करम। उहदे नाम तो बिना होर किसी जुगत भाव युक्ति करके अते होर किसी धर्म करके वह परमेश्वर की प्राप्ति नहीं हुंदी। महाराज फरमाउंदे नाम उसे नूं मिलदा जिहदे मत्थे ते धुरों ही श्रेष्ठ कर्मां दा लेख लिखिया होया है। प्रतख रामदास जी घुंगरू बंध के नचदे टपदे मंग के खांदे है। सो घुंगर बांध पए रामदासा रोटियन के ओ पावा। बरतनेम कर्म खट कीने बाहर भेख दिखावा। असल रामदासिया दे लक्षण की हन रामदासिया एक भेख हन उहदे लक्षण हुण दसदे ने। जिसकै मन पार ब्रह्म का निवास न तिसका नाम सत रामदास। जिहदे मन विच पार ब्रह्म दे नाम दा निवास आ उहदा नाम सत हुंदा निश्चय करके राम दा दास है भाई। आत्म राम तिस नदरी आया दास संतन पाए तिन पाया। उस नूं आत्म राम हुंदा परमात्मा जां आत्म राम हुंदा अपना आप राम रूप करके निघा आ गया कि मेरे अंदर उही आत्मा है परमात्मा स्वरूप। उहने दासां विच दासा भाव करना प्राप्त कर लिया। सदा निकट निकट हर जान सो दास तरगै परवान। जो हरि नूं हमेशा नेड़े तो नेड़े जानदा उह राम दा दास दरगाह विच प्रवान हुंदा है।
अपने दास को आप कृपा करै, तिस दास को सब सो जी परै। अपने प्रवान हुए दास पर जब परमेश्वर आप ही कृपा करता तद वो दास नूं सब सोझी पै जांदी है मन दे अंदर। सगल संग आत्म उदास ऐसी जुगत नानक रामदास। फिर तन करके सारयां दे संग विच भाव ग्रिस्त विच वसदा होया भी आत्म हुंदा मन करके सभना तो उदास उपराम रहिंदा। महाराज फरमाउंदे ऐसी जुगती वाला रामदासिया है। जीवन मुक्त अवस्था वाले दे की लक्षण हन महाराज जी? प्रभ की आगा आत्म हितावै जीवन मुक्त सो कहावै। जो अपने आत्म भाव मन विच वाहिगुरु की आग्ञा नूं प्रेम नाल लिआउंदा उही जीव उही पुरश कहिंदे जीवन मुक्त अवस्था वाला कहिंदा। तैसा हरख तैसा उस सोग सदा आनंद तह नहीं बियोग। उहनूं जैसा हरख हुंदा खुशी हुंदी है वैसा ही सोग हुंदा। हरख सोग अवस्था तों उपर जो आनंद है वह आनंद उहनूं हमेशा बनिआ रहिंदा, उहनूं बियोग दुख नहीं हुंदा कोई। तैसा स्वर्ण तैसी उस माटी तैसा अमृत तैसी बेखो खाटी। फिर उहदी बिरती इही जी सम हो जांदी है जिहो जिहा उहनूं सोना प्रतीत हुंदा उहो जी मिट्टी, जिहो जिहा उहनूं अमृत मिठा लगदा उहो जी जहर लगदी है, जिहो जी कौड़ी जहर है उहो जिहा अमृत, दोनों एक रूप खाटी तों पाप प्राप्त हुंदे ने। तैसा मान तैसा अभिमान तैसा रंग तैसा राजान। हुण जैसा नूं अपना मान आदर लगता उहो जिही अपना अभिमान निरादर लगता। अर्थात कहण तों भाव इह आ वी आदर निरादर विच कोई भेद नहीं समझदा। रंक हुंदा कंगाल राजान हुंदा राजा, गरीब ते अमीर राजा ते कंगाल दोहां नाल इक्को जिहा वरतदा। उहो जो वरताए साई जुगत नानक उह पुरख कही आ जीवन मुक्त। परमात्मा जो भी वरताउंदा साई तों भाव उहनूं वो जीवन मुक्त वाला पुरश जुगती सहित ही निश्चय करदा कि वाहिगुरू ने जो कीता ठीक कीता। इंद्रियां नूं जो भी वरताउंदा साह तों भाव उह जुगत पूर्वक वरताउंदा। महाराज फरमाउंदे उह पुरश जीवन मुक्त अवस्था वाला कहा जांदा है भाई। सो इस करके ऐसे महाराज सारयां दे अलग अलग तरीके दसदे ने कौन कहा जा होना चाहीदा। पार ब्रह्म के सगले ठाओ जित जित कर राखै तैसा तिन नाओ। सतगुरु महाराज पावन बचन इस प्रकार फरमाउंदे हन, प्रतख सारे स्थान जूनियां रूप सारे स्थान पार ब्रह्म परमेश्वर दे जिस जिस घर विच जिहड़े जिहड़े जीव नूं रखदा उहो जे उहदा नाम पैंदा। जिवें उपर आप कहि आए ने अपरस वैष्णव भगवती पंडित जीवन मुक्त, जिहो जी प्रक्रिया नूं इह जीव धारण करदा उहो जे उहदा नाम पै जांदा। जिस जे जूनी विच रखदा उहो जे उहदा नाम पै जांदा। कूकर बिल्ला खोता आदिक आपे करन करावन जोग, प्रभावै सोई फुन होग। आप ही वह करन करावन जोग है वाहिगुरु सारे कम्मां नूं, जो वाहिगुरू नूं भाउंदा उही फिर हुंदा है। पसरियो आप होए अंत तरंग, लखे न जाहे पार ब्रह्म के रंग। आप ही परमेश्वर अंत तरंग बेअंत लहरां दे रूप विच है हो के फैल रहा। वह परमेश्वर आप ही रंग हुंदा कौतक, उस परमेश्वर दे रंग जिहड़े कौतक उह जाणे नहीं जांदे। जैसी मत दे तैसा प्रगास, पार ब्रह्म करता अविनाश। जिहो जी सिक्ख्या दिंदा तैसा ही प्रगास भाव ज्ञान हुंदा। वह परारूप ब्रह्म व्यापक परमेश्वर सब दा करता ते नाश तों रहत है। सदा 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 दयाल, सिमर सिमर नानक पए निहाल। वह वाहिगुरु पिछे भी दयालु सी हुण भी सदा दयालु है अगे भी दयालु होवेगा। महाराज फरमाउंदे है जो उहदे सिमर नूं सिमरदे है वह सदा ही निहाल होए ने। श्लोक उस्तत करहै अनेक जन अंत न पार आवार, नानक रचना प्रभ रची बहु विध अनक प्रकार। दसवें श्लोक विच महाराज फरमाउंदे इस प्रकार श्लोक कि अनेक ही जन वह परमात्मा की उस्तति करदे आ जिहदे पार वार का अंत नहीं आउंदा। सतगुरु महाराज फरमाउंदे अनेक प्रकार की रचना वाहिगुरू ने बहुत तरीकियां नाल रची तो पाप बनाई है। पहले सतगुरु महाराज चंगे मनुखां दा प्रसंग सुणाउंदे ने, अष्टपदी अठ पौड़ियां विच कई कोट होए पूजारी, कई कोट आचार व्यवहारी। कई करोड़ां परमेश्वर की पूजा करन वाले पुजारी होए ने, पूजारी पप्पे दलैंकड़े। कई करोड़ां पूजा दे अरी होए ने जो पूजा दे धान तों हट के रहिंदे ने। कई करोड़ां पू हुंदा नरकां दे जारी भाव साड़न वाले गुरमुख होए ने। कई करोड़ां आचार हुंदा श्रेष्ठ करतबां दे विहारी होए ने। कई कोट पए तीर्थवासी, कई कोट बन प्रमय उदासी। कई करोड़ां तीर्थां ते वसन वाले होए ने उदासी नूं के जंगलां च प्रमय भरम दे फिरदे आ कई करोड़ां।
कई कोट वेद के स्रोते, कई कोट तपीसर होते, कई करोड़ा वेदा दे सुनने वाले हो रहे आ, कई करोड़ा तपियां दे ईश्वर वड्डे तपीसर हो रहे हन, कई कोट आत्म ध्यान तार है, कई कोट कब का विचार है, कई करोड़ा पुरश आत्म हुंदा अपने स्वरूप दे ध्यान नूं धारदे आ, कई करोड़ा पुरश कवि हो के काव्य शास्त्र नूं विचारदे हन, कई कोट नवतन नाम त्याव है नानक करते का अंत ना पाव है, कई करोड़ा इहे जे जो परमेश्वर दे नवतन हुंदा नवीन तो नवीन नाम नूं त्यौंदे आ। महाराज फरमाउंदे आ पर ओह करते दा अंत नहीं पा सकदे हो। सो इस प्रकार ये पौड़ी तो बाद हुण माया विच गलतान जिहड़े बंदे आ उहनां दा हाल सुणाउंदे ने। कई कोट पए अभिमानी, कई कोट अंधा ज्ञानी, कई करोड़ा बंदे अभिमानी हंकारी हो रहे आ, कई करोड़ा बंदे अन्ने ज्ञानी हो रहे, स्वरूप ज्ञान तो रहत हो रहे, कई कोट किरपन कठोर, कई कोट अभिग आत्म निकोर, कई करोड़ा बंदे जिहड़े किरपन सूम हो रहे, कई करोड़ा कठोर हिरदे वाले हो रहे आ, कई करोड़ा बंदे जिहड़े अभिग अभिज हन, परमेश्वर विच भिजदे ही नहीं, आत्म हुंदा मन उहनां दा ने विशेष करके भगती रंग तो कोरा, कई कोट पर दर्ब कौ हिर है, कई कोट पर दुख ना कर है, कई करोड़ा बंदे प्राय तुहानू ही हो रहा तो भाव चुराई जांदे है, कई करोड़ा पुरश प्राय विच दूषण रोपना करदे ने, कई कोट माया श्रम माहे, कई कोट परदेस परमाहे, कई करोड़ा पुरश माया की प्राप्ति विच कई तरह के श्रम भाव कष्ट सारदे, कई करोड़ा पुरश परदेसां विच ही भटकते फिरदे रहिंदे ने, परमाहे फिर रहे ने। पर सतगुरु महाराज फरमाउंदे है जित जित लाभो तित तित लगना, नानक करते की जानै करता रचना। पर जिधर जिधर लाउंदा वाहिगुरु उधर उधर ही कोई लगना करता है। महाराज फरमाउंदे करते पुरख की रचना नूं करता वाहिगुरु आप ही जानदा है। हुण संसार की कुल गिणती दस दे जनता की, कई कोट सिद्ध जति योगी, कई कोट राजे रस भोगी, कई करोड़ा सिद्ध, कई करोड़ा जति, कई करोड़ा योगी है, कई करोड़ा रसा दे भोगण वाले राजे है, कई कोट पंखी सर्प उपाए, कई कोट पाथर बिरख निपजाए, कई करोड़ा पंछी, कई करोड़ा सप बनाए, कई करोड़ा पत्थर ते ब्रिक्ष उत्पन्न पैदा किए है, कई कोट जड़े बनाए ने अगे, कई कोट पवन पाणी बैसंतर, कई कोट देस भू मंडल, कई करोड़ा पौन पाणी बसंतर अगन देवते, कई करोड़ा देश ते कई करोड़ा भू मंडल पृथ्वी मंडल बनाए ने, कई कोट ससियर सूर नक्षत्र, कई कोट देवदान इंद्र सिर छत्र, कई करोड़ा ससी चंद्रमा ने सूर सूरज ने अते इन्हां दे अरी राहु ते केतु नक्षत्र भाव तारे बनाए ने, कई करोड़ा देवते दैत इंद्र बनाए जिस इंद्र दे सिर ते छत्र शोभदा है, सगल समगरी अपने सूत धार है, नानक जिस जिस भाव है तिस तिस निस्तार है, सारी समगरी नूं अपने हुक्म सत्ता रूपी सूत्र विच धारदा। महाराज कहिंदे जिस जिस नूं तारना परमेश्वर नूं पाउंदा है उहनूं उतार दिंदा, उतार ही लैंदा उहनूं, कई कोट राजस तामस सातक, कई कोट वेद पुराण सिमरत अर शास्त्र, कई करोड़ा रजोगुण तमोगुण सतोगुण होए आ, रासी तामसी शांत की पुरश होए ने, कई करोड़ा वेद पुराण सिमरतियां ते शास्त्र होए ने, कोई एक होया कहिंदे इह तां अंत ही नहीं हैगा, कई कोट की ये रतन समुंद, कई कोट नाना प्रकार जंत, कई करोड़ा रतन ते समुंदर कीते उहने, कोई 14 रतन कल्ले ही नहीं गए, कई करोड़ा रतना दे समुंदर कीते आ, कई करोड़ा नाना बेअंत प्रकार दे जंत जिहड़े जीव रचे ने, इह इत्थे इक धरती की गल नहीं हो रही, करकोट ब्रह्मंड की हो रही है, कई कोट की ये चिर जीवे, कई कोट गिरी मेर स्वर्ण थीवे, कई करोड़ा बंदे चिरंगजीवी कीते लंबियां लंबियां उमरां वाले, कई करोड़ा साधारण गिरी पहाड़ है ते पहाड़ियां कीतियां ते कई करोड़ा सोने दे सुमेर पर्बत थीवै होए हन, कई कोट जाख्य किन्नर पिसाच, कई कोट भूत प्रेत सूकर मिरगाच, कई करोड़ा यक्ष बनाए ने कुबेर दे, किन्नर बनाए ने, पिसाच बनाए ने, यह सब भूतां प्रेतां दीआं जातियां ने, यक्ष कुमेर की कुल चों पैदा हुए, किन्नर हाहा हू गंधर्वां दे नाल जोड़ी बजाउण वाले पिसाच हुंदे आ, भूतां दी इक जाति है, कई करोड़ां भूत प्रेत सूकर सूर ते मृगाज हरना नूं खाण वाले शेर आदिक बनाए ने, सब ते नेरै सभु ते दूर, नानक आप अलिप्त रहिआ भरपूर, सब गुरमुखां दे नेड़े है, सब मनमुखां तों दूर है। महाराज कहने वो वाहिगुरू आप अलिप्त भी है ते सारिआं विच पूर्ण भी हो रिहा है,
ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕਰੋੜਾਂ ਜੀਵ ਪਾਤਾਲ ਦੇ ਵਿੱਚ ਵਸਣ ਵਾਲੇ ਕੀਤੇ ਹੈ, ਕਈ ਨਰਕ ਸੁਰਗ ਦੇ ਵਿੱਚ ਨਿਵਾਸ ਕਰਨ ਵਾਲੇ ਕੀਤੇ ਹੈ, ਕਈ ਕੋਟ ਜਨਮ ਹੈ ਜੀਵ ਹੈ ਮਰਿਆ ਹੈ, ਕਈ ਕੋਟ ਬਹੁ ਜੋਨੀ ਫਿਰ ਹੈ, ਕਈ ਕਰੋੜਾਂ ਜੰਮਦੇ ਜੀਵ ਦੇ ਮਰਦੇ ਰਹਿੰਦੇ ਆ, ਕਈ ਕਰੋੜਾਂ ਜਿਹੜੇ ਬਹੁਤ ਸਾਰੀਆਂ ਜੂਨੀਆਂ 'ਚ ਫਿਰਦੇ ਆ, ਕਈ ਕੋਟ ਬੈਠ ਹੀ ਖਾਹੇ, ਕਈ ਕੋਟ ਕੱਲ ਹੈ ਥੱਕ ਪਾਹੇ, ਕਈ ਕਰੋੜਾਂ ਇਹੋ ਜਿਹੇ ਪੁਰਸ਼ ਹੈ ਜੋ ਬੈਠੇ ਹੀ ਖਾਈ ਜਾਂਦੇ ਆ, ਮੁੱਖ ਪਿਆਓ ਬੈਠ ਕਹੋ ਦੈਨ, ਅਤੇ ਕਈ ਕਰੋੜਾਂ ਕੱਲ ਹੈ ਕਮਾਈਆਂ ਕਰਦੇ ਥੱਕ ਜਾਂਦੇ ਨੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਕਈ ਕਰੋੜਾਂ ਜਿਹੜੇ ਜੀਵ ਆ ਉਹ ਧਨਵੰਤ ਧਨਾੜ ਕੀਤੇ ਆ, ਕਈ ਕਰੋੜਾਂ ਮਾਇਆ ਵਿੱਚ ਹੀ ਚਿੰਤਾ ਲਾ ਕੇ ਬੈਠੇ ਆ, ਕਿੱਥੋਂ ਆਊਗੀ। ਜੈ ਜੈ ਪਾਣਾ ਤੈ ਤੈ ਰਾਖੇ, ਨਾਨਕ ਸਭ ਕਿਛੁ ਪ੍ਰਭ ਕਹਿ ਹਾਥੇ। ਜਿੱਥੇ ਜਿੱਥੇ ਵਾਹਿਗੁਰੂ ਨੂੰ ਰੱਖਣਾ ਪਾਉਂਦਾ ਉੱਥੇ ਉੱਥੇ ਰੱਖਦਾ ਉਹ, ਕਿਉਂਕਿ ਮਹਾਰਾਜ ਫਰਮਾਉਂਦੇ ਆ ਸਭ ਕੁਛ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ। ਹੁਣ ਪਰਮੇਸ਼ਰ ਦੇ ਪ੍ਰੇਮੀ ਪੁਰਸ਼ਾਂ ਦਾ ਹਾਲ ਸੁਣਾਉਂਦੇ ਨੇ। ਕਈ ਕੋਟ ਪਏ ਬੈ ਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਕਈ ਕਰੋੜਾਂ ਸੰਸਾਰ ਤੋਂ ਵਿਰਾਗਵਾਨ ਹੋਏ ਨੇ, ਉਹਨਾਂ ਦੀ ਲਿਵ ਪਰਮੇਸ਼ਰ ਨਾਲ ਹੀ ਲੱਗੀ ਹੈ, ਹਮੇਸ਼ਾ ਬਾਅਦ ਜੁੜੇ ਹੀ ਬੈਠੇ ਰਹਿੰਦੇ ਆ। ਕਈ ਕੋਟ ਪ੍ਰਭ ਕਹੋ ਖੋਜੰਤੇ, ਆਤਮ ਹੈ ਪਾਰ ਬ੍ਰਹਮ ਲਹੰਤੇ। ਕਈ ਕਰੋੜਾਂ ਪੁਰਸ਼ ਵਾਹਿਗੁਰੂ ਨੂੰ ਖੋਜਦੇ ਨੇ, ਉਹ ਆਤਮ ਹੁੰਦਾ ਮਨ ਦੇ ਵਿੱਚ ਹੀ ਪਰਮਾਤਮਾ ਨੂੰ ਲਹੰਤੇ, ਲੱਖ ਲੈਂਦੇ, ਜਾਣ ਲੈਂਦੇ, ਲੱਭ ਲੈਂਦੇ ਆ। ਕਈ ਕੋਟ ਦਰਸ਼ਨ ਪ੍ਰਾਪਿਆਸ, ਤਿੰਨ ਕਹੋ ਮਿਲਿਓ ਪ੍ਰਭ ਅਵਿਨਾਸ਼। ਕਈ ਕਰੋੜਾਂ ਇਹੋ ਜਿਹੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਹਮੇਸ਼ਾ ਚਾਹਨਾ ਹੀ ਲੱਗੀ ਰਹਿੰਦੀ, ਪਿਆਸ ਹੀ ਲੱਗੀ ਹੈ, ਜਿਹਨੂੰ ਚਾਹ ਲੱਗੀ ਆ ਉਹਨਾਂ ਨੂੰ ਵਾਹਿਗੁਰੂ ਅਵਿਨਾਸ਼ੀ ਮਿਲਿਆ। ਕਈ ਕੋਟ ਮੰਗ ਹੈ ਸਤਸੰਗ, ਪਾਰ ਬ੍ਰਹਮ ਤਿੰਨ ਲਾਗਾ ਰੰਗ। ਕਈ ਕਰੋੜਾਂ ਸਤਸੰਗ ਨੂੰ ਹੀ ਮੰਗਦੇ ਰਹਿੰਦੇ ਆ, ਉਹਨਾਂ ਨੂੰ ਵਾਹਿਗੁਰੂ ਦਾ ਪਾਰ ਬ੍ਰਹਮ ਦਾ ਰੰਗ ਭਾਵ ਪ੍ਰੇਮ ਲੱਗਦਾ। ਪਰ ਕੀ ਕਹਿੰਦੇ ਬਚਨ, ਜਿਨ ਕਾ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਜਿਨ੍ਹਾਂ ਉੱਤੇ ਉਹ ਵਾਹਿਗੁਰੂ ਆਪ ਪ੍ਰਸੰਨ ਹੋਇਆ ਨਾ, ਮਹਾਰਾਜ ਫਰਮਾਉਂਦੇ ਉਹ ਪੁਰਸ਼ ਹਮੇਸ਼ਾ ਧਨਤਾ ਦੇ ਯੋਗ ਹਨ। ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ ਬ੍ਰਹਿਮੰਡ। ਕਈ ਕਰੋੜਾਂ ਖਾਣੀਆਂ ਅਤੇ ਖੰਡ ਕੀਤੇ ਹੈ, ਸੋ ਕੋਈ ਕਈ ਕਰੋੜਾਂ ਆਕਾਸ਼ ਅਤੇ ਬ੍ਰਹਿਮੰਡ ਕੀਤੇ ਹੈ। ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ। ਕਈ ਕਰੋੜਾਂ ਅਵਤਾਰ ਹੋਇਆ, ਕਈ ਜੁਗਤੀਆਂ ਨਾਲ ਇਹ ਸੰਸਾਰ ਦਾ ਵਿਸਥਾਰ ਕੀਤਾ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਓਂਕਾਰ। ਉਹ ਪਰਮੇਸ਼ਰ ਨੇ ਕਈ ਵਾਰ ਇਹ ਸੰਸਾਰ ਪਸਾਰੇ ਨੂੰ ਪਸਾਰਨ ਕੀਤਾ, ਪਰ ਸਦਾ ਜੋ ਨਿੱਤ ਰੂਪ ਜੋ ਇੱਕ ਓਂਕਾਰ ਹੈ, ਉਹ ਸਦਾ ਇੱਕ ਰੂਪ ਹੀ ਰਹਿੰਦਾ। ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ। ਕਈ ਕਰੋੜਾਂ ਜੀਵ ਬਹੁ ਪ੍ਰਕਾਰ ਨਾਲ ਰਚਨਾ ਕੀਤੀ, ਉਹ ਜੀਵ ਵਾਹਿਗੁਰੂ ਤੋਂ ਪੈਦਾ ਹੋ ਕੇ ਫਿਰ ਵਾਹਿਗੁਰੂ ਦੇ ਵਿੱਚ ਹੀ ਜਾ ਸਮਾਉਂਦੇ ਆ। ਤਾਂ ਕਾ ਅੰਤ ਨਾ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਉਸ ਵਾਹਿਗੁਰੂ ਦਾ ਕਹਿੰਦੇ ਕੋਈ ਅੰਤ ਨਹੀਂ ਜਾਣ ਸਕਦਾ। ਸਤਿਗੁਰੂ ਫਰਮਾਉਂਦੇ ਆ ਵਾਹਿਗੁਰੂ ਆਪੇ ਆਪ ਸਾਰੇ ਪਰਿਪੂਰਨ ਹੋ ਰਿਹਾ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤ ਆਤਮ ਪ੍ਰਗਾਸ। ਜਿਹੜੇ ਕਈ ਕਰੋੜਾਂ ਪਾਰ ਬ੍ਰਹਮ ਦੇ ਦਾਸ ਹੋਏ ਨੇ, ਉਹਨਾਂ ਨੂੰ ਆਤਮ ਹੁੰਦਾ ਆਪਣੇ ਆਪ ਦਾ ਪ੍ਰਗਾਸ ਹੋ ਗਿਆ, ਗਿਆਨ ਹੁੰਦਾ। ਕਈ ਕੋਟ ਤੱਤ ਕੇ ਬੇਤੇ, ਸਦਾ ਨਿਹਾਰ ਹੈ ਇੱਕੋ ਨੇਤਰੇ। ਜਿਹੜੇ ਕਈ ਕਰੋੜਾਂ ਤੱਤ ਸਿਧਾਂਤ ਦੇ ਬੇਤੇ ਹੁੰਦੇ, ਜਾਣਨ ਵਾਲੇ ਹੋਏ ਨੇ, ਉਹ ਨੇਤਰੇ ਹੁੰਦੇ, ਅੱਖਾਂ ਨਾਲ ਸਦਾ ਇੱਕ ਨੂੰ ਨਿਹਾਰਦੇ ਵੇਖਦੇ ਆ। ਕਈ ਕੋਟ ਨਾਮ ਰਸ ਪੀਵ ਹੈ, ਅਮਰ ਪਏ ਸਦ ਸਦ ਹੀ ਵੈ। ਜਿਹੜੇ ਕਈ ਕਰੋੜਾਂ ਨਾਮ ਰਸ ਨੂੰ ਪੀਂਦੇ ਆ, ਉਹ ਅਮਰ ਮੌਤ ਤੋਂ ਰਹਿਤ ਹੋ ਕੇ ਸਦਾ ਸਦਾ ਹੀ ਜਿਉਂਦੇ ਰਹਿੰਦੇ ਆ। ਕਈ ਕੋਟ ਨਾਮ ਗੁਣ ਗਾਵ ਹੈ, ਆਤਮ ਰਸ ਸੁਖ ਹੈ। ਕਈ ਕੋਟ ਨਾਮ ਗੁਣ ਗਾਵ ਹੈ, ਕਈ ਕੋਟ ਨਾਮ ਗੁਣ ਗਾਵ ਹੈ, ਆਤਮ ਰਸ ਸੁਖ ਸਹਿ ਸਮਾਵ ਹੈ। ਜਿਹੜੇ ਕਈ ਕਰੋੜਾਂ ਪਰਮੇਸ਼ਰ ਦੇ ਨਾਮ ਅਤੇ ਗੁਣਾਂ ਨੂੰ ਗਾਉਂਦੇ ਆ, ਉਹ ਸਹਿਜੇ ਹੀ ਸੁਖ ਸਰੂਪ ਆਤਮ ਰਸ ਵਿੱਚ ਸਮਾ ਜਾਂਦੇ ਆ। ਆਪਣੇ ਜਨ ਕਉ ਸਾ ਸਾ ਸਮਾਰੇ, ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ। ਉਹ ਪਰਮੇਸ਼ੁਰ ਆਪਣੇ ਗੁਰਮੁਖ ਜਨਾਂ ਨੂੰ ਸਵਾਸ ਸਵਾਸ ਸੰਭਾਲਦਾ ਰਹਿੰਦਾ। ਸਤਿਗੁਰੂ ਫਰਮਾਉਂਦੇ ਜਿਨ੍ਹਾਂ ਨੂੰ ਸੰਭਾਲਦਾ ਉਹੀ ਪਰਮੇਸ਼ੁਰ ਦੇ ਅਸਲ ਪਿਆਰ ਵਾਲੇ ਆਖੇ ਜਾਂਦੇ ਨੇ। ਇਸ ਪ੍ਰਕਾਰ ਮਹਾਰਾਜ ਨੇ 10 ਪੌੜੀਆਂ ਤੱਕ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ। ਵਾਹਿਗੁਰੂ ਜੀ। ਸਲੋਕ ਦੇਨਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ, ਨਾਨਕ ਕਹੂ ਨਾ ਸੀਝਈ ਬਿਨ ਨਾਵੈ ਪਤ ਜਾਏ।
ਸੋ ਅੱਗੇ ਮਹਾਰਾਜ ਪੰਜਵੇਂ ਸਲੋਕ ਦੇ ਵਿੱਚ ਪੰਜਵੀਂ ਅਸ਼ਟਪਦੀ ਬਖਸ਼ਿਸ਼ ਕਰਦੇ ਹਨ ਸਲੋਕ ਕਿ ਦਾਤਾਂ ਦੇ ਦੇਣ ਵਾਲੇ ਵਾਹਿਗੁਰੂ ਨੂੰ ਛੱਡ ਕੇ ਜੋ ਆਨ ਸਵਾਏ ਹੁੰਦਾ ਹੋਰਨਾਂ ਪ੍ਰਯੋਜਨਾਂ 'ਚ ਲੱਗ ਜਾਂਦੇ ਆ। ਸਤਿਗੁਰੂ ਮਹਾਰਾਜ ਫਰਮਾਉਂਦੇ ਉਹ ਕਿਸੇ ਤਰ੍ਹਾਂ ਵੀ ਸਿੱਝਈ ਤੋਂ ਭਾਵ ਉਹਨਾਂ ਦੀ ਕਲਿਆਣ ਨਹੀਂ ਹੁੰਦੀ, ਕਿਉਂਕਿ ਨਾਮ ਸਿਮਰਨ ਤੋਂ ਬਿਨਾਂ ਉਹਨਾਂ ਦੀ ਇੱਜ਼ਤ ਜਿਹੜੀ ਆ ਉਹ ਜਾਂਦੀ ਰਹਿੰਦੀ ਹੈ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ। ਦਸ ਵਸਤੂ ਲੈ ਕੇ ਇਹ ਜੀਵ ਪਰਮਾਤਮਾ ਤੋਂ ਕਈ ਪ੍ਰਕਾਰ ਦੇ ਪਦਾਰਥ ਲੈ ਕੇ ਉਹਨਾਂ ਨੂੰ ਪਿੱਛੇ ਪਾ ਦਿੰਦਾ, ਭਾਵ ਉਹਨਾਂ ਨੂੰ ਤਾਂ ਪਿੱਛੇ ਕਰਕੇ ਲੁਕੋ ਲੈਂਦਾ, ਭਾਵ ਕਹਿੰਦਾ ਮੈਨੂੰ ਕੀ ਦਿੱਤਾ ਹੀ ਕੀ ਹੈ ਵਾਹਿਗੁਰੂ ਨੇ। ਏਕ ਵਸਤ ਕਾਰਨ ਵਿਖੋਟ ਗਵਾਵੈ। ਸੋ ਇੱਕ ਜਿਹੜੀ ਚੀਜ਼ ਹੈ ਪਰਮਾਤਮਾ ਨੇ ਕੋਈ ਇੱਕ ਅੱਧੀ ਚੀਜ਼ ਨਾਮ ਹੀ ਦਿੱਤੀ ਉਹਦੇ ਕਰਕੇ ਫਿਰ ਇਹ ਜਿਹੜਾ ਜੀਵ ਹੈ ਸੋ ਇਸ ਤਰ੍ਹਾਂ ਉਹ ਆਪਣਾ ਮਾਨਤ ਰੱਖਿਆ ਸੀ ਜਿਹੜਾ ਪਰਮੇਸ਼ਰ ਨੇ ਇਹਦੇ ਕੋਲ, ਸੋ ਉਸ ਰੁਪਏ ਦੇ ਨਾਂ ਦੇਣ ਕਰਕੇ ਜਿਹੜਾ ਹੈ ਵਿਖੋਟ ਭਰੋਸਾ ਗਵਾ ਲੈਂਦਾ, ਜਾਂ ਮੈਨੂੰ ਪੁੱਤਰ ਨਹੀਂ ਦਿੱਤਾ, ਜਾਂ ਮੈਨੂੰ ਆਹ ਦਾਤ ਨਹੀਂ ਦਿੱਤੀ, ਜਾਂ ਇੱਕ ਜਿਹੜੀ ਨਾਮ ਰੂਪ ਵਸਤੂ ਹੈ ਉਹਦੇ ਕਰਕੇ ਆਪਣਾ ਭਰੋਸਾ ਗਵਾ ਲੈਂਦਾ। ਏਕ ਪੀ ਨਾ ਦੇ ਦਸ ਪੀ ਹਿਰ ਲੇ ਤਾਂ ਮੂੜਾ ਕਹੋ ਕਹਾਂ ਕਰੇ। ਕਹਿੰਦੇ ਜੇ ਸ਼ਾਹੂਕਾਰ ਜਿਹੜਾ ਉਹ ਜੀਵ ਨੂੰ ਪਾਪ ਪਰਮਾਤਮਾ ਇੱਕ ਵੀ ਨਾ ਦੇਵੇ ਚੀਜ਼ ਅਤੇ ਦਸ ਜਿਹੜੀਆਂ ਦਸ ਵਸਤੂਆਂ ਦਿੱਤੀਆਂ ਹੋਈਆਂ ਵਾਪਸ ਲੈ ਲਵੇ ਇਹਦੇ ਤਾਂ ਉਹ ਮੂੜਾ ਕਹੋ ਕਹਾਂ ਕਰੇ, ਤਾਂ ਇਹ ਮੂਰਖ ਬੰਦਾ ਫਿਰ ਉਹਦਾ ਕੀ ਵਿਗਾੜ ਸਕਦਾ। ਜਿਸ ਠਾਕੁਰ ਸਿਉਂ ਨਾ ਹੀ ਚਾਰਾ ਤਾਂ ਕਹੋ ਕੀਜੈ ਸਦ ਨਮਸਕਾਰਾ। ਜਿਸ ਮਾਲਕ ਨਾਲ ਕੋਈ ਜ਼ੋਰ ਨਹੀਂ ਚੱਲਦਾ ਉਹਨੂੰ ਤਾਂ ਮੱਥਾ ਟੇਕਣਾ ਹੀ ਬਣਦਾ। ਸੋ ਇਸ ਕਰਕੇ ਹੈ ਨਾ ਮਹਾਰਾਜ ਇਹਨਾਂ ਪਾਵਨ ਬਚਨਾਂ ਵਿੱਚ ਕਾਫੀ ਗੋਝ ਭੇਦ ਰੱਖੇ ਹੋਏ ਹਨ ਮਹਾਰਾਜ ਨੇ। ਜੋ ਦਸ ਵਸਤੂ ਲਈ ਪਾਛੈ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ, ਜਿਹੜੀ ਆਤਮ ਵਸਤੂ ਲੈ ਲੈਣ ਵਾਲੇ ਵਾਸਤੇ ਸੰਤਾਂ ਦੇ ਪਿੱਛੇ ਪਵੇ, ਆਪ ਸੰਤਾਂ ਦੀ ਸ਼ਰਨ ਪੈ ਕੇ ਉਹਨਾਂ ਦੀ ਸੇਵਾ ਕਰੇ, ਅਤੇ ਇੱਕ ਆਤਮ ਵਸਤੂ ਦੀ ਪ੍ਰਾਪਤੀ ਵਾਸਤੇ ਆਪਣੇ ਦਿਲ 'ਚੋਂ ਵਿਖੋਟ ਹੁੰਦਾ ਵਿਸ਼ੇਸ਼ ਕਰਕੇ ਖੋਟਤਾ ਹੀ ਗਵਾ ਦੇਵੇ, ਤਾਂ ਸੰਤ ਮਹਾਤਮਾ ਆਪਣੇ ਉਪਦੇਸ਼ ਦੁਆਰਾ ਇਹਨੂੰ ਆਤਮ ਵਸਤੂ ਜਿਹੜੇ ਹੈ ਦੱਸ ਦਿੰਦੇ ਨੇ। ਜਾਂ ਇਸ ਪ੍ਰਕਾਰ ਵੀ ਹੈ ਕਿ ਦਸ ਵਸਤੂ ਲਈ ਪਾਛਾ ਪਾਵੈ, ਦਸਵੰਧ ਵਸਤੂ ਲੈ ਕੇ ਜੀਵ ਨੇ ਆਪਣੇ ਪਿੱਛੇ ਭਾਵ ਦੁਕਾਨ 'ਚ ਪਾ ਲਿਆ ਦਸਵੰਧ ਵਾਲਾ ਰੁਪਈਆ, ਤੋ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਜਾ ਕੇ ਦੇਣਾ ਸੀ ਪਰ ਇਹਨੇ ਨਾ ਦਿੱਤਾ। ਏਕ ਵਸਤ ਕਾਰਨ ਵਿਖੋਟ ਗਵਾਵੈ, ਇੱਕ ਦਸਵੰਧ ਵਸਤੂ ਦੇ ਨਾ ਦੇਣ ਕਾਰਨ ਇਹ ਜੀਵ ਆਪਣਾ ਭਰੋਸਾ ਗਵਾ ਲੈਂਦਾ। ਇਸ ਤਰ੍ਹਾਂ ਆਪਾਂ ਇਹ ਵਿਚਾਰ ਮਨ ਦੇ ਅੰਦਰ ਰੱਖਣੀ ਹੈ। ਜਾ ਕੈ ਮਨ ਲਾਗਾ ਪ੍ਰਾ ਮੀਠਾ ਸਰਬ ਸੁਖ ਤਾਹੂ ਮਨ ਬੂਠਾ। ਜਿਹਦੇ ਮਨ ਵਿੱਚ ਵਾਹਿਗੁਰੂ ਆਪ ਮਿੱਠਾ ਪਿਆਰਾ ਲੱਗਦਾ ਹੈ, ਜਿਹਦੇ ਮਨ ਵਿੱਚ ਵਾਹਿਗੁਰੂ ਦਾ ਭਾਣਾ ਮਿੱਠਾ ਲੱਗਦਾ ਹੈ, ਉਹਦੇ ਮਨ ਵਿੱਚ ਸਾਰੇ ਸੁੱਖ ਆ ਕੇ ਵੱਸਦੇ ਹਨ। ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ। ਜਿਸ ਵਾਹਿਗੁਰੂ ਤੋਂ ਇਸ ਸੋ ਜਿਸ ਪੁਰਸ਼ ਤੋਂ ਵਾਹਿਗੁਰੂ ਨੇ ਆਪਣਾ ਹੁਕਮ ਮਨਵਾਇਆ, ਗੁਰੂ ਸਾਹਿਬ ਜੀ ਫਰਮਾਉਂਦੇ ਉਹਨੇ ਸਾਰੇ ਥੋਕ ਭਾਵ ਪਦਾਰਥਾਂ ਨੂੰ ਪਾ ਲਿਆ। ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਰਤ ਵਰਤਾ ਅਨੰਦੋ ਉਦਾਸ। ਸਾਹੁ ਤੋਂ ਭਾਵ ਸ਼ਹਿਨਸ਼ਾਹ ਪਰਮਾਤਮਾ ਆਪਣੇ ਵੱਲੋਂ ਜੀਵ ਰੂਪ ਨੌਕਰ ਨੂੰ ਅਣਗਿਣਤ ਪਦਾਰਥਾਂ ਦੀ ਰਾਸ ਪੂੰਜੀ ਦਿੰਦਾ। ਉਸ ਦਾਤ ਨੂੰ ਲੈ ਕੇ ਇਹ ਜੀਵ ਆਨੰਦ ਨਾਲ ਖਾਂਦਾ ਪੀਂਦਾ ਅਤੇ ਉਲਾਸ ਹੁੰਦਾ, ਖੁਸ਼ੀਆਂ ਨਾਲ ਉਹਨੂੰ ਵਰਤਦਾ। ਆਪਣੀ ਅਮਾਨ ਕਛ ਬਾਹਰ ਸਾਹੁ ਲੈ ਅਗਿਆਨੀ ਮਨ ਰੋਸ ਕਰੇ। ਇਹ ਜੇ ਸ਼ਾਹ ਪਰਮੇਸ਼ੁਰ ਕਿਸੇ ਵੇਲੇ ਆਪਣੀ ਅਮਾਨਤ ਵਿੱਚੋਂ ਕੁਛ ਬਾਹਰ ਲੈ ਪਾ ਮੋੜ ਕੇ ਲੈ ਲਵੇ ਤਾਂ ਅਗਿਆਨੀ ਜਿਹੜਾ ਜੀਵ ਹੈ ਮਨ ਵਿੱਚ ਗੁੱਸਾ ਕਰ ਲੈਂਦਾ। ਆਪਣੀ ਪ੍ਰਤੀਤ ਆਪ ਹੀ ਖੋਵੈ ਬਾਹਰ ਉਸਕਾ ਵਿਸ਼ਵਾਸ ਨਾ ਹੋਵੈ। ਇਸ ਤਰ੍ਹਾਂ ਕਰਨ ਵਾਲੇ ਜੀਵ ਆਪਣੀ ਪ੍ਰਤੀਤ ਆਪਣਾ ਭਰੋਸੇ ਨੂੰ ਆਪ ਹੀ ਖੋਵੈ ਗਵਾ ਬੈਠਦਾ, ਇਸ ਲਈ ਬਾਹਰ ਹੁੰਦਾ ਮੁੜ ਕੇ ਉਹ ਸ਼ਾਹ ਪਰਮੇਸ਼ੁਰ ਦਾ ਇਸ ਜੀਵ ਉੱਤੇ ਵਿਸ਼ਵਾਸ ਵਿਸਾਹ ਜਾਂ ਇਤਬਾਰ ਨਹੀਂ ਹੁੰਦਾ। ਜਿਸ ਕੀ ਵਸਤ ਅਤੇ ਸਾਗ ਗੈ ਰੱਖ ਹੈ ਪ੍ਰਭ ਕੀ ਆਗਿਆ ਮਨ ਹੈ ਮਤ ਹੈ। ਜਿਸ ਪਰਮਾਤਮਾ ਦੀ ਵਸਤੂ ਇਹ ਜੀਵ ਦੇ ਪਾਸ ਹੈ ਜੇ ਖੁਸ਼ੀ ਨਾਲ ਉਹਦੇ ਅੱਗੇ ਰੱਖ ਦੇਵੇ ਜੇ ਵਾਹਿਗੁਰੂ ਦੀ ਆਗਿਆ ਨੂੰ ਆਪਣੇ ਸਿਰ ਮੱਥੇ ਮੰਨ ਲਵੇ। ਸੋ ਇਉਂ ਕਹੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਉਸ 'ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ।
ਫਿਰ ਉਦੋਂ ਸ਼ਾਹ ਪਰਮੇਸ਼ੁਰ ਉਹਨੂੰ ਚੌਗੁਣਾ ਨਿਹਾਲ ਕਰਦਾ। ਗੁਰੂ ਸਾਹਿਬ ਫਰਮਾਉਂਦੇ ਆ ਉਹ ਸਾਹਿਬ ਪਰਮਾਤਮਾ ਸਦਾ ਹੀ ਦਿਆਲੂ ਹੈ। ਇਸੇ ਤਰ੍ਹਾਂ ਜਗਿਆਸੂ ਨੂੰ ਪੱਕਾ ਭਰੋਸਾ ਰੱਖਣਾ ਚਾਹੀਦਾ ਹੈ। ਇਹ ਸਾਧਨਾ ਰੂਪ ਵਸਤੂ ਜਿਸ ਪਰਮੇਸ਼ੁਰ ਦੀ ਦਿੱਤੀ ਹੋਈ ਹੈ ਉਸੇ ਦੇ ਅੱਗੇ ਰੱਖ ਦੇ, ਭਾਵ ਸਾਧਨਾ ਦਾ ਹੰਕਾਰ ਨਾ ਕਰੇ ਅਤੇ ਵਾਹਿਗੁਰੂ ਦੀ ਆਗਿਆ ਨੂੰ ਸਿਰ ਮੱਥੇ 'ਤੇ ਮੰਨ ਲਵੇ। ਸੋ ਮਹਾਰਾਜ ਫਰਮਾਉਂਦੇ ਉਹ ਦਿਆਲੂ ਪਰਮੇਸ਼ੁਰ ਉਹਨੂੰ ਉਸ ਤੋਂ ਚੌਗੁਣਾ, ਭਾਵ ਧਰਮ ਅਰਥ ਕਾਮ ਮੋਖ ਦੀ ਪ੍ਰਾਪਤੀ ਕਰਕੇ, ਚੌਗੁਣਾ ਹੁੰਦਾ ਚੌਥੀ ਭੂਮਿਕਾ ਦਾ ਆਨੰਦ ਦੇ ਕੇ ਨਿਹਾਲ ਕਰ ਦਿੰਦੇ ਹਨ। ਦਸਵੇਂ ਪਾਤਸ਼ਾਹ ਨੇ ਵੀ ਇਹ ਬਚਨ ਕਹੇ ਸੀ ਨਾ, ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ, ਮਹਾਰਾਜ ਨੇ ਸੰਗਤ ਨੂੰ ਕਿਹਾ ਸੀ, ਜਿਸ ਕੀ ਬਸਤ 'ਤੇ ਸਾਗਾ ਰੱਖਿਆ, ਪ੍ਰਭ ਕੀ ਆਗਿਆ ਮਨ ਹੈ ਮੱਥ ਹੈ, ਉਸ 'ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਪਰਮੇਸ਼ੁਰ ਨਾਲੋਂ ਵਿਗਾੜ ਕੇ ਜੀਵ ਜਿਸ ਮਾਇਆ ਤੋਂ ਭਾਵ ਹੇਤ ਹੁੰਦਾ ਵਾਸਤੇ ਅਨੇਕ ਪ੍ਰਕਾਰ ਦੇ ਯਤਨ ਕਰਦਾ ਹੈ। ਮਹਾਰਾਜ ਕਹਿੰਦੇ ਸੱਚ ਜਾਣੋ, ਉਹ ਯਤਨ ਸਰ ਪਰ ਹੁੰਦਾ ਜ਼ਰੂਰ ਹੀ ਅਨੇਤ ਹੁੰਦੇ ਨੇ, ਭਾਵ ਝੂਠੇ ਝੂਠੇ ਸਾਬਤ ਹੁੰਦੇ ਹਨ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜਿਹੜਾ ਜੀਵ ਦਰਖਤ ਦੀ ਛਾਂ ਨਾਲ ਪ੍ਰੇਮ ਲਾਉਂਦਾ ਹੈ, ਜਦੋਂ ਛਾਂ ਚਲੀ ਜਾਂਦੀ ਹੈ ਫਿਰ ਉਹ ਪੁਰਸ਼ ਜਿਹੜਾ ਮਨ 'ਚ ਪਛਤਾਉਂਦਾ। ਇਸੇ ਤਰ੍ਹਾਂ ਬ੍ਰਿਕਸ਼ ਰੂਪ ਪਰਮੇਸ਼ੁਰ ਦੀ ਜਿਹੜੀ ਛਾਇਆ, ਛਾਇਆ ਕੌਣ ਹੈ? ਪਰਮੇਸ਼ੁਰ ਦੀ ਮਾਇਆ। ਮਾਇਆ ਨਾਲ ਜੋ ਪ੍ਰੇਮ ਲਾਉਂਦਾ, ਜਿਸ ਵੇਲੇ ਉਹ ਮਾਇਆ ਚਲੀ ਜਾਂਦੀ ਹੈ ਫਿਰ ਉਹ ਜੀਵ ਮਨ ਵਿੱਚ ਬਹੁਤ ਪਛਤਾਉਂਦਾ ਹੈ। ਜੋ ਦੀਸੈ ਸੋ ਚਾਲਨਹਾਰ, ਲਪਟ ਰਹੇ ਤਹਿ ਅੰਧ ਅੰਧਾਰ। ਜੋ ਕੁਝ ਦਿਸ ਰਿਹਾ ਉਹ ਸਭ ਚਲੇ ਜਾਣ ਵਾਲਾ, ਪਰ ਇਹ ਅੰਧ ਅੰਧਾਰ, ਅੰਨਿਆਂ ਤੋਂ ਵੀ ਅੰਨਾ ਜੀਵ, ਉਹਨਾਂ ਨਾਲ ਹੀ ਲਪਟ ਰਹੇ ਉਹ, ਭਾਵ ਚਿੰਬੜ ਰਿਹਾ ਚੀਜ਼ਾਂ ਨਾਲ। ਇਹ ਅੰਨਾ ਜੀਵ ਅਗਿਆਨ ਰੂਪ ਅੰਧਾਰ ਹਨੇਰੇ ਵਿੱਚ ਉਹਨਾਂ ਨਾਲ ਜੁੜ ਰਿਹਾ। ਬਟਾਊ ਸਿਉਂ ਜੋ ਲਾਵੈ ਨੇਹ, ਤਾ ਕਉ ਹਾਥ ਨਾ ਆਵੈ ਕੇਹੇ। ਜਿਹੜਾ ਬੰਦਾ ਬਟਾਊ, ਭਾਵ ਰਾਹੀ, ਬਟਾਊ ਰਸਤੇ ਰਾਹੀ ਨੂੰ ਕਹਿੰਦੇ, ਭਾਵ ਮੁਸਾਫਰ ਨਾਲ ਪ੍ਰੇਮ ਪਾਉਂਦਾ, ਉਹਦੇ ਹੱਥ ਕੁਝ ਨਹੀਂ ਆਉਂਦਾ। ਇਸੇ ਤਰ੍ਹਾਂ ਜਿੰਨਾ ਕੁ ਸੰਬੰਧੀ ਹੈ ਸਭ ਮੁਸਾਫਰਾਂ ਵਾਂਗੂ, ਜੋ ਜੀਵ ਇਹਨਾਂ ਨਾਲ ਪ੍ਰੇਮ ਪਾਉਂਦਾ ਹੈ ਉਹਦੇ ਹੱਥ ਵਿੱਚ ਕੁਛ ਨਹੀਂ ਆਉਂਦਾ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਹਾਰਾਜ ਕਹਿੰਦੇ ਆਪਣੇ ਮਨ ਨੂੰ ਸਮਝਾਓ, ਹੇ ਮਨ, ਹਰੀ ਦੇ ਨਾਮ ਦੀ ਪ੍ਰੀਤੀ ਸੁੱਖਾਂ ਦੇ ਦੇਣ ਵਾਲੀ ਹੈ। ਸਤਿਗੁਰੂ ਫਰਮਾਉਂਦੇ ਜੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਲਾਵੇ ਤਾਂ ਉਹ ਪ੍ਰੀਤੀ ਲੱਗਦੀ ਹੈ। ਹੁਣ ਸਾਰਾ ਸੰਸਾਰ ਮਿਥਿਆ ਜਣਾਉਂਦੇ ਨੇ। ਮਿਥਿਆ ਉਹ ਚੀਜ਼ ਹੁੰਦੀ ਜਿਵੇਂ ਪਾਣੀ 'ਚ ਡੰਡੇ ਨਾਲ ਲਕੀਰ ਮਾਰੀਏ, ਲਕੀਰ ਬਣ ਵੀ ਗਈ ਮਿਟ ਵੀ ਗਈ। ਦੁਨੀਆ ਵੀ ਇਸ ਤਰ੍ਹਾਂ ਦੀ ਹੋਈ ਹੈ। ਮਿਥਿਆ ਤਨ ਤਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਇਹ ਭਾਈ, ਇਹ ਸਰੀਰ ਧਨ ਅਤੇ ਸਾਰਾ ਪਰਿਵਾਰ ਮਿਥਿਆ ਹੀ ਹੈ, ਝੂਠਾ ਹੀ ਹੈ। ਅਤੇ ਹੰਗਤਾ ਦੇਹ ਵਿੱਚ ਕਰਨੀ, ਮਮਤਾ ਮਾਇਆ ਵਿੱਚ ਕਰਨੀ, ਇਹ ਵੀ ਮਿਥਿਆ ਹੀ ਹੈ, ਬੇਅਰਥੀ ਹੈ, ਪਾਣੀ ਦੀ ਲਕੀਰ ਵਾਂਗੂ ਹੀ ਹੈ। ਮਿਥਿਆ ਰਾਜ ਜੋਵਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਰਾਜ ਭਾਗ ਜਵਾਨੀ ਧਨ ਮਾਲ ਆਦਿਕ ਸਭ ਕੁਛ ਮਿਥਿਆ ਨਾਸਵੰਤੀ ਹੈ। ਵਿਕਰਾਲ ਹੁੰਦਾ ਭਿਆਨਕ ਜਾਂ ਡਰਾਉਣੇ, ਕਾਮ ਕ੍ਰੋਧ ਆਦਿਕ ਵੀ ਮਿਥਿਆ ਰਹਿਣ ਵਾਲੇ ਨੇ। ਮਿਥਿਆ ਰਾਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਰਾਥ ਹਾਥੀ ਘੋੜੇ ਬਸਤਰ ਆਦਿਕ ਸਾਰੇ ਮਿਥਿਆ ਹੈ, ਇਹ ਰਹਿਣ ਵਾਲੇ ਨਹੀਂ ਹਨ। ਸੋ ਜਿਸ ਮਾਇਆ ਨੂੰ ਵੇਖ ਕੇ ਹੱਸਦਾ, ਉਹ ਮਾਇਆ ਨਾਲ ਜਿਹੜਾ ਰੰਗ ਹੁੰਦਾ ਪ੍ਰੇਮ ਕਰਨਾ, ਇਹ ਵੀ ਮਿਥਿਆ ਹੀ ਹੈ, ਝੂਠਾ ਹੀ ਹੈ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ। ਧਰੋ ਹੁੰਦਾ ਛਲ ਕਰਨਾ, ਸੰਬੰਧੀਆਂ ਨਾਲ ਮੋਹ ਕਰਨਾ, ਜਾਤੀ ਦਾ ਅਭਿਮਾਨ, ਹੰਕਾਰ ਕਰਨਾ, ਇਹ ਸਭ ਮਿਥਿਆ, ਝੂਠਾ ਹੀ ਹੈ। ਆਪਣੇ ਉੱਪਰ ਜੋ ਗੁਮਾਨ ਕਰਨਾ, ਇਹ ਵੀ ਮਿਥਿਆ ਹੈ, ਕਿਸੇ ਅਰਥ ਨਹੀਂ ਇਹ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਸੰਤਾਂ ਦੀ ਸ਼ਰਨ ਪੈ ਕੇ ਜਿਹੜੀ ਭਗਤੀ ਕਰਨੀ ਹੈ, ਇਹੀ ਇਸਤ ਰੂਪ ਹੈ। ਮਹਾਰਾਜ ਫਰਮਾਉਂਦੇ, ਅਸੀਂ ਤਾਂ ਹਰੀ ਦੇ ਚਰਨ ਜਪ ਜਪ ਕੇ ਜਿਉਂਦੇ ਹਾਂ। ਮਿਥਿਆ ਸ਼ਰਵਣ ਪਰ ਨਿੰਦਾ ਸੁਣ ਹੈ, ਮਿਥਿਆ ਹਸਤ ਪਰ ਦਰਬ ਕਉ ਹਿਰ ਹੈ। ਉਹ ਸ਼ਰਵਣ ਭਾਵ ਕੰਨ ਨਿਸਫਲ ਹੈ ਜੋ ਪਰਾਈ ਨਿੰਦਿਆ ਸੁਣਦੇ ਆ, ਉਹ ਹੱਥ ਨਿਸਫਲ ਹੈ ਜੋ ਪਰਾਇਆ ਧਨ ਚਰਾਉਂਦੇ ਆ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪ ਆਦ, ਮਿਥਿਆ ਰਸਨਾ ਭੋਜਨਾਂ ਸੁਵਾਦ। ਉਹ ਨੇਤਰ ਵੀ ਨਿਸਫਲ ਹੈ ਜੋ ਪਰ ਇਸਤਰੀਆਂ ਦੇ ਸੁੰਦਰ ਰੂਪ ਆਦਿਕਾਂ ਨੂੰ ਵੇਖਦੇ ਆ। ਉਹ ਰਸਨਾ ਵੀ ਨਿਸਫਲ ਹੈ ਜੋ ਨਾਮ ਤੋਂ ਬਿਨਾਂ ਹੋਰਨਾਂ ਦੇ ਸਵਾਦ ਲੈਂਦੀ ਹੈ। ਮਿਥਿਆ ਚਰਨ ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ, ਮਿਥਿਆ ਮਨ ਪਰ ਲੋਭ ਲੁਭਾਵ ਹੈ।
वो पैर निष्फल है जो पर विकार को पराए का बुरा कर दौड़द या पर हों भली प्रकार विशे विकारा दौड़द उन्होंने वाल दौड़द वो मन भी मिथ्या निष्फल है जो पराए धन वेख के लुभाए मन हों मिथ्या तन नहीं पर उपकार आ मिथ्या बास ले तो बेकार आ वह शरीर भी निष्फल है जो किसी दे ते पर उपकार नहीं करता वो नक भी मिथ्या निष्फल है जो विकार पैदा करने लई बास वाशना खुशबू लैंदा बिन बूझे मिथ्या सब पए सफल देह नानक हर हर नाम लए परमेश्वर दे समझे तो बिना उहदे ज्ञान तो बिना सारे अंग इंद्रिय भी निष्फल ही है मिथ्या ही है। महाराज फरमाते हर नाम लैण नाल सारे अंगा सहित देह सफल हुंदी है। बिरथी साकत की आरजा साच बिना कहे होवत सूचा वाहिगुरु तो जो बेमुख है उस साकत की सारी उम्र ही व्यर्थ है। सच नाम सिमरन तो बिना किस तरह यह जीव जिहड़ा पवित्र हो सकता है। बिरथा नाम बिना तन अंध मुख आवतता कै दुर्गंध ये जीव का शरीर नाम सेवा सिमरन भगती तो बिना होर कम्मा विच लगन करके व्यर्थ है भाव निकम्मा उहदे मूँह विचों को बचना रूपी निंदिया रूपी दुर्गंध आउंदी बदबू आउंदी है। बिन सिमरन दिन रैन बिरथा बिहाए मेघ बिना ज्यों खेती जाए नाम सिमरन तो बिना दिन रात इस तरह बिरथा बिहाए व्यर्थ बतीत होंदे जिस प्रकार बदलां दे वसे तो बिना खेती निष्फल चली जाती है। गोबिंद भजन बिन बिरथे सब काम ज्यों किरपन के निरार्थ दाम गोबिंद दे भजन सिमरन तो बिना जीव दे सारे काम इस तरह निष्फल है जिस तरह किरपन दा सूम कंजूस आदमी दे दाम दमड़े जिहड़े आ रुपए आ वह वरतों च ना आउण एवें बेअर्थ ही चले जाण। तन तन ते जन जे कट बस्यो हर नाओ नानक ताकै बल बल जाओ ओ जीव धन हन जिन्हां दे हिरदे विच परमेश्वर दा नाम बसिया। महाराज फरमाउंदे आ मैं उन्हां तों बलिहार कुरबान जांदा हाँ रहत अवर कछ अवर कमावत मन नहीं प्रीत मुख हों गंढ लावत जीव दी रहत जिहड़ी रहणी कुछ होर है ते कर्म कुछ होर कमाउंदा मन विच तां प्रीति नहीं पर मूँह नाल प्रीति दे गंढ हुंदा उत्तों उत्तों प्रेम पाउंदा उत्तों उत्तों गल्लीं बातें प्रेम करदा। जन अनहार प्रभु परवीन बाहर भेख न काहू पीन सारयां दे हिरदे दी जानन वाला वाहिगुरु वड्डा परवीन तो भाव चतर है। वो बाहरले किसी भेख नूं वेख के भीन भाव भेजदा नहीं प्रसन्न नहीं हुंदा है। अवरो उपदेसा आप ना करै आवत जावत जन मैं मरै जिहड़े जीव होरना नूं उपदेश करदे आ तां आप वो कर्म नहीं करदे वो हमेशा जम्मण मरन विच आउंदे जांदे रहिंदे आ। जिसका अंतर बसै निरंकार तिसकी सीख तरै संसार किसी भी गुरमुख दे हिरदे अंदर जो निरंकार वाहिगुरु आप वस जांदे प्रकाश हो जांदा हिरदे च उहदी सिक्ख्या नाल सारा संसार तर जांदा मुक्त हो जांदा। जो तुम भाने तिन प्रभ जाता नानक उन जन चरण पराता जिहड़े जीव आप जी नूं भाने भाए ने उन्होंने ही वाहिगुरु आप जी नूं जाता भाव जानना कीता। सतगुरु फरमाउंदे उन्हां गुरमुखां दे चरणां दा ध्यान करना मैं पराता तो भाव पछाणिया उन्हां गुरमुख जनां दे चरणां विच पराता भली प्रकार मैं रत्या होया हाँ। करो बेनती पार ब्रह्म सब जानै अपना की आपहि मानै जो पार ब्रह्म सब दे हिरदे दी जानदा उस पास मैं बेनती करदा ते तुसीं सारे उस अगे बेनती करो। उहदा अपना कीता होया जो परपंच है उहदा आनंद आप ही माणदा भोगदा है। आपै आप करत नबेरा किसै दूर जनावत किसै बुझावत नेरा आप ही जगत की पैदावार पालना ते आप ही नबेरा नबेड़दा मारना करदा वो आप ही तिना समय में कर्मां दे अनुसार जीवन का फैसला जां न्यां करदा अपने न्यां अनुसार किसी मनमुख नूं अपना आप दूर जनाउंदा ते किसी गुरमुख नूं गुरां द्वारे अपना आप नेड़े सुझा दिंदा। उपाव सियानप सगल ते रहत सब कह जाना है आत्म की रहत जो वाहिगुरु मनुख दे अपने किते हुए सारिया उपावां ते सियाणपां तो रहत है वो परमेश्वर आत्म तो भाव जीव दी रहणी नूं जां आत्म हुंदा मन दी जो भी रहणी आ सब जाणदा है। जिस भाव है तिस लए लड़ लाए थान थनंतर रहिआ समाए
ਜਿਹਨੂੰ ਭਾਵ ਹੈ ਤੋਂ ਭਾਵ ਚਾਹੁੰਦਾ ਹੈ ਉਸ ਪੁਰਸ਼ ਨੂੰ ਕਹਿੰਦੇ ਉਹ ਵਾਹਿਗੁਰੂ ਆਪਣੇ ਲੜ ਹੁੰਦਾ ਪੱਲੇ ਨਾਲ ਚਰਨਾਂ ਨਾਲ ਲਾ ਲੈਂਦਾ। ਥਾਨਾਂ ਅੰਦਰ ਅਤੇ ਅਸਥਾਨਾਂ ਵਿੱਚ ਭਾਵ ਹਰ ਜਗ੍ਹਾ ਵਾਹਿਗੁਰੂ ਆਪ ਹੀ ਸਮਾ ਰਿਹਾ। ਥਾਨ ਅਤੇ ਜੇ ਥਾਨ ਜਿਹੜੇ ਘਰ ਹੁੰਦੇ ਨੇ, ਥਾਨ ਅੰਤਰ ਮਕਾਨੀਆਂ ਦੇ ਵਿੱਚ ਵੀ ਸਮਾ ਰਿਹਾ, ਮਕਾਨਾਂ ਵਿੱਚ ਵੀ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ, ਉਸ ਦਾ ਸੇਵਕ ਉਹ ਪ੍ਰਮਾਣਨੀਕ ਹੈ ਜਿਸ ਉੱਤੇ ਉਹਨੇ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਮੈਂ ਉਸ ਹਰੀ ਨੂੰ ਖਿਣ ਖਿਣ ਦੇ ਸਮੇਂ ਵਿੱਚ ਜਪਦਾ ਹਾਂ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹੰਬੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਸਤਿਗੁਰੂ ਮਹਾਰਾਜ ਫਰਮਾਉਂਦੇ ਆ ਸਲੋਕ ਦੇ ਵਿੱਚ ਕਿ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਮੇਵ ਹੁੰਦਾ ਨਿਸ਼ਚੇ ਕਰਕੇ ਹੰਕਾਰ ਆਦਿਕ ਸਾਰੇ ਜਿਹੜੇ ਵਿਕਾਰ ਹੈ ਇਹ ਬਿਨਸ ਜਾਂਦੇ, ਖਤਮ ਹੋ ਜਾਂਦੇ ਆ। ਅਤੇ ਗੁਰਦੇਵ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪ੍ਰਸਾਦ ਹੁੰਦੀ ਕਿਰਪਾ ਕਰਨ ਤਾਂ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ। ਅਸ਼ਟਪਦੀ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰੱਖ ਮਨ ਮਾਹੇ। ਅੱਠ ਪੌੜੀਆਂ ਅੱਗੇ ਫਰਮਾਉਂਦੇ ਨੇ, ਇਸੇ ਸਲੋਕ ਦੇ ਸਾਰੀ ਵਿਆਖਿਆ ਹੋਵੇਗੀ ਅਤੇ ਦਸ ਦਸ ਪੰਗਤੀਆਂ ਆਉਣਗੀਆਂ। ਮਹਾਰਾਜ ਕਹਿੰਦੇ ਭਾਈ ਜਿਸ ਪਰਮੇਸ਼ੁਰ ਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਨਾਨਾ ਪ੍ਰਕਾਰ ਦੇ ਭੋਜਨ ਖਾਂਦਾ ਹੈ, ਉਹ ਠਾਕੁਰ ਪਰਮੇਸ਼ੁਰ ਨੂੰ ਮਨ ਦੇ ਵਿੱਚ ਯਾਦ ਰੱਖਿਆ ਕਰ। ਸੋ ਇਸ ਪ੍ਰਕਾਰ ਖੱਟ ਰਸ ਮਿੱਠ ਰਸ ਮੇਲ ਕੈ 36 ਭੋਜਨ ਹੋਣ ਰਸੋਈ, ਜੇ ਪ੍ਰਸਾਦ ਸੁਗੰਧਿਤ ਤਨ ਲਾਵੈ ਹੈ ਤਿਸ ਕਉ ਸਿਮਰਤ ਪਰਮ ਗਤ ਪਾਪ ਹੈ। ਜਿਸ ਪਰਮੇਸ਼ੁਰ ਦੀ ਕਿਰਪਾ ਨਾਲ ਤੂੰ ਸਰੀਰ ਉੱਤੇ ਅਤਰ ਅੰਬਰ ਆਦਿਕ ਸੁਗੰਧੀਆਂ ਲਾਉਂਦਾ ਹੈ ਉਹਨੂੰ ਸਿਮਰ, ਕਿਉਂਕਿ ਉਹਨੂੰ ਸਿਮਰਦਿਆਂ ਹੀ ਤੂੰ ਪਰਮ ਗਤੀ ਕੇਵਲ ਮੁਕਤੀ ਨੂੰ ਪਾ ਲਏਗਾ। ਜੇ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ, ਜਿਸ ਪਰਮੇਸ਼ੁਰ ਦੀ ਕਿਰਪਾ ਨਾਲ ਤੂੰ ਸੁਖਦਾਇਕ ਮੰਦਰਾਂ ਅੰਦਰ ਵੱਸਦਾ ਹੈ, ਸੁਖਾਂ ਦੇ ਮੰਦਰ ਭਾਵ ਅੰਦਰ ਵੱਸਦਾ ਹੈ, ਉਹਨੂੰ ਸਦਾ ਆਪਣੇ ਮਨ ਅੰਦਰ ਧਿਆਉਣਾ ਕਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ ਆ, ਅੱਠ ਪਹਿਰ ਸਿਮਰਹੋ ਤਿਸ ਰਸਨਾ, ਜਿਸ ਪਰਮੇਸ਼ੁਰ ਦੀ ਕਿਰਪਾ ਕਰਕੇ ਤੂੰ ਘਰ ਵਿੱਚ ਸੁੱਖਾਂ ਨਾਲ ਵੱਸਦਾ ਹੈ, ਜਿਹਦੀ ਕਿਰਪਾ ਕਰਕੇ ਤੂੰ ਗ੍ਰਹਿ ਸੰਗ ਹੁੰਦਾ ਪਰਿਵਾਰ ਨਾਲ ਸੁੱਖਾਂ ਸਮੇਤ ਵੱਸਦਾ ਹੈ, ਉਸ ਪਰਮੇਸ਼ੁਰ ਨੂੰ ਅੱਠੇ ਪਹਿਰ ਰਸਨਾ ਨਾਲ ਸਿਮਰਨਾ ਕਰ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਯੋਗ, ਜਿਸ ਪਰਮੇਸ਼ੁਰ ਦੀ ਪ੍ਰਸਾਦ ਹੁੰਦੀ ਕਿਰਪਾ ਕਰਕੇ ਤੂੰ ਰੰਗਾਂ ਰੰਗਾਂ ਦੇ ਰਸਾਂ ਨੂੰ ਭੋਗਦਾ, ਫਿਰ ਰਸਾਂ ਨੂੰ ਭੋਗ ਕੇ ਰੰਗ ਹੁੰਦਾ ਆਨੰਦ ਹੋ ਰਿਹਾ। ਮਹਾਰਾਜ ਕਹਿੰਦੇ ਭਾਈ ਉਹ ਧਿਆਉਣ ਯੋਗ ਵਾਹਿਗੁਰੂ ਨੂੰ ਸਦਾ ਧਿਆਉਣਾ ਕਰ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵ ਹੈ ਅਤੇ ਸਹਿ ਤਿਆਗ ਕਤ ਅਵਰ ਲੁਭਾਵ ਹੈ, ਇਹ ਭਾਈ ਜਿਸ ਪਰਮੇਸ਼ੁਰ ਦੀ ਕਿਰਪਾ ਨਾਲ ਸੂਤ ਪਾਠ ਭਾਵ ਕੱਪੜੇ ਅਤੇ ਪਟੰਬਰ ਹੁੰਦਾ ਰੇਸ਼ਮੀ ਵਸਤਰ ਹੰਡਾਉਂਦਾ, ਉਸ ਪਰਮੇਸ਼ੁਰ ਨੂੰ ਤਿਆਗ ਭਾਵ ਛੱਡ ਕੇ ਕਿਸ ਵਾਸਤੇ ਅਵਰ ਹੁੰਦਾ ਹੋਰਨਾਂ ਪਦਾਰਥਾਂ 'ਚ ਲੁਭਾਏਮਾਨ ਹੁੰਦਾ। ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾ ਕਾ ਜਸ ਗਾਹ ਬੀਜੈ, ਜਿਸ ਪਰਮੇਸ਼ੁਰ ਦੀ ਕਿਰਪਾ ਕਰਕੇ ਤੂੰ ਸੁਖਦਾਈ ਸੇਜਾ ਤੇ ਸੌਨਾ ਏ ਮਨ, ਤੂੰ ਅੱਠੇ ਪੈਰ ਉਸ ਵਾਹਿਗੁਰੂ ਦਾ ਜਸ ਮਨ ਕਰਕੇ ਗਾਉਣਾ ਕਰ। ਜੇ ਪ੍ਰਸਾਦ ਤੁਝ ਸਭ ਕੋ ਮਨ ਮੁਖਤਾ ਕੋ ਜਸ ਰਸਨ ਬਖਾਨੈ, ਜਿਸ ਪਰਮੇਸ਼ੁਰ ਦੀ ਕਿਰਪਾ ਕਰਕੇ ਤੈਨੂੰ ਸਭ ਕੋਈ ਮਾਣ ਸਤਿਕਾਰ ਦਿੰਦਾ ਹੈ, ਉਹ ਪਰਮਾਤਮਾ ਦਾ ਜਸ ਤੂੰ ਮੂੰਹ ਨਾਲ ਰਸਨਾ ਦੁਆਰੇ ਬਖਾਨੈ ਭਾਵ ਆਖਣਾ ਕਰ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਜਿਸ ਪਰਮੇਸ਼ੁਰ ਦੀ ਕਿਰਪਾ ਕਰਕੇ ਤੇਰਾ ਸਵੈ ਧਰਮ ਬਣਿਆ ਹੋਇਆ ਆਪਣਾ ਧਰਮ ਪੱਕਾ ਹੈ, ਇਹ ਮਨ ਉਸ ਕੇਵਲ ਤੋਂ ਸ਼ੁੱਧ ਪਰਮਾਤਮਾ ਨੂੰ ਸਦਾ ਧਿਆਉਣਾ ਕਰ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵ ਹੈ, ਨਾਨਕ ਪਤ ਸੇਤੀ ਕਰ ਜਾਵ ਹੈ, ਉਸ ਪਰਮਾਤਮਾ ਨੂੰ ਜਪਦੇ ਹੀ ਤੂੰ ਦਰਗਾਹ ਵਿੱਚ ਮਾਣ ਪਾਵੇਂਗਾ। ਮਹਾਰਾਜ ਫਰਮਾਉਂਦੇ ਆ ਕਿ ਤੂੰ ਬੜੇ ਸਨਮਾਨ ਨਾਲ ਆਪਣੇ ਸਰੂਪ ਘਰ ਵਿੱਚ ਜਾਂ ਸੱਚਖੰਡ ਘਰ ਵਿੱਚ ਜਾਵੇਂਗਾ। ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਭੋ ਤਿਸ ਰਾਮ ਸੁਨੇਹੀ, ਜਿਸ ਪਰਮੇਸ਼ੁਰ ਦੀ ਕਿਰਪਾ ਕਰਕੇ ਤੇਰੀ ਜਿਹੜੀ ਦੇਹੀ ਆ ਰੋਗਾਂ ਤੋਂ ਰਹਿਤ ਸੋਨੇ ਵਾਂਗ ਸੋਹਣੀ ਰਹਿੰਦੀ ਹੈ, ਉਸ ਸੁਨੇਹੀ ਪਿਆਰੇ ਪਰਮੇਸ਼ੁਰ ਵਿੱਚ ਤੂੰ ਬਿਰਤੀ ਲਾਉਣਾ ਕਰ। ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵ ਹੈ ਹਰ ਹਰ ਜਸ ਕਹਿਤ, ਫਿਰ ਦੇਖ ਜਿਹਦੀ ਕਿਰਪਾ ਕਰਕੇ ਭੁੱਲਾਂ ਕਰਨ ਨਾਲ ਵੀ ਤੇਰਾ ਉੱਲਾ ਜਿਹੜਾ ਪੜਦਾ ਢਕਿਆ ਰਹਿੰਦਾ ਹੈ, ਇਹ ਮਨ ਉਸ ਹਰ ਹਰ ਦਾ ਜਸ ਕਹਿਣ ਨਾਲ ਤੂੰ ਸੁੱਖ ਪਾਏਗਾ। ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾ ਕੈ,
ਜਿਹਦੀ ਕਿਰਪਾ ਕਰਕੇ ਤੇਰੇ ਸਾਰੇ ਜਿਹੜੇ ਛਿਦਰ ਆ, ਛੇਕ ਹੈ, ਦੋਸ਼ ਹੈ, ਐਬ ਹੈ, ਢਕੇ ਹੋਏ ਨੇ। ਇਹ ਮਨ ਉਸ ਠਾਕੁਰ ਭਾਵ ਸਤਿਕਾਰਯੋਗ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਕਰ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸਾ ਸਿਮਰੋ ਪ੍ਰਭ ਊਚੇ। ਜਿਹਦੀ ਕਿਰਪਾ ਕਰਕੇ ਤੈਨੂੰ ਕੋਈ ਨਹੀਂ ਪਹੁੰਚ ਸਕਦਾ, ਭਾਵ ਤੈਨੂੰ ਕੋਈ ਦੁੱਖ ਨਹੀਂ ਦੇ ਸਕਦਾ, ਤੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ, ਤੇਰੇ ਤੱਕ ਪਹੁੰਚ ਹੀ ਨਹੀਂ ਸਕਦਾ, ਰਾਹ 'ਚ ਹੀ ਚੜ੍ਹਾਈਆਂ ਕਰ ਜੂਗਾ। ਅਰੇ ਹੇ ਮਨ, ਉਸ ਉੱਚੇ ਵਾਹਿਗੁਰੂ ਨੂੰ ਸਵਾਸ ਸਵਾਸ ਸਿਮਰਨਾ ਕਰ। ਜੇ ਪ੍ਰਸਾਦ ਪਾਈ ਦੁਰਲੱਭ ਦੇਹ, ਨਾਨਕ ਤਾਂ ਕੀ ਭਗਤ ਕਰੇ ਇਹ। ਜਿਹਦੀ ਕਿਰਪਾ ਕਰਕੇ ਜੋ ਮਨੁੱਖ ਦੇਹ ਪ੍ਰਾਪਤ ਹੋਣੀ ਬੜੀ ਕਠਿਨ ਹੈ, ਦੇਖ ਤੈਨੂੰ ਪ੍ਰਾਪਤ ਹੋ ਗਈ, ਸੌਖੀ ਉਪਾ ਲਈ। ਹੁਣ ਮਹਾਰਾਜ ਫਰਮਾਉਂਦੇ, ਮਨ ਤੂੰ ਉਹਦੀ ਭਗਤੀ ਕਰਿਆ ਕਰ। ਜੇ ਪ੍ਰਸਾਦ ਆ ਭੁੱਖਨ ਪਹਿਰੀ, ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ। ਜਿਹਦੀ ਕਿਰਪਾ ਕਰਕੇ ਤੂੰ ਕੜੇ ਕੈਂਠੇ ਮੁੰਦਰੀਆਂ ਹਾਰ ਪਾਈ ਫਿਰਦਾ, ਗਹਿਣੇ ਪਾਉਂਦਾ ਹੈ, ਹੇ ਮਨ ਉਹਦੇ ਸਿਮਰਨ ਵਿੱਚ ਤੂੰ ਕਿਉਂ ਆਲਸ ਕਰਦਾ। ਇਹ ਸਾਰਿਆਂ ਨੂੰ ਸਮਝਾਉਂਦੇ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਸੋ ਇਸ ਤਰ੍ਹਾਂ ਹੁਣ ਜਿਹੜੇ ਆ ਭੁੱਖ ਨਾ, ਉਹ ਕਕਾਰ ਹੈ, ਜਿਹਦੀ ਕਿਰਪਾ ਨਾਲ ਤੂੰ ਪੰਜ ਕਕਾਰ ਪਾਏ ਹੈ, ਅਤੇ ਜਿਹਦੀ ਕਿਰਪਾ ਨਾਲ ਸੁੰਦਰ ਦਸਤਾਰੇ, ਸੁੰਦਰ ਦਾੜੇ ਬਖਸ਼ਿਸ਼ ਹੋਏ ਨੇ, ਸੋ ਉਹ ਪਾ ਕੇ ਤੂੰ ਕਿਉਂ ਭੁੱਲਦਾ। ਆਮ ਬੰਦੇ ਨੂੰ ਸਮਝਾਉਣ ਲਈ ਵੀ ਸਾਰਿਆਂ ਨੂੰ ਸਮਝਾਉਂਦੇ, ਦੁਨੀਆਂ ਸਾਰੀ ਨੂੰ ਸਮਝਾਉਂਦੇ ਨੇ। ਜੇ ਪ੍ਰਸਾਦ ਅਸਵ ਹਸਤੇ ਅਸਵਾਰੀ, ਮਨ ਤਿਸ ਪ੍ਰਭ ਕਉ ਕਬੂ ਨਾ ਵਿਸਾਰੀ। ਜਿਹਦੀ ਕਿਰਪਾ ਕਰਕੇ ਤੂੰ ਅਸਵ ਹੁੰਦਾ ਘੋੜਿਆਂ ਅਤੇ ਹਸਤ ਹੁੰਦਾ ਹਾਥੀਆਂ ਦੀ ਸਵਾਰੀ ਕਰਦਾ, ਇਹ ਮਨ ਉਹ ਵਾਹਿਗੁਰੂ ਨੂੰ ਤੂੰ ਕਦੇ ਵੀ ਨਾ ਭੁਲਾਉਣਾ ਨਾ ਕਰ। ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਹਦੀ ਕਿਰਪਾ ਕਰਕੇ ਤੈਨੂੰ ਬਾਗ ਬਗੀਚੇ ਮਿਲਖ ਹੁੰਦੀਆਂ ਜਗੀਰਾਂ ਅਤੇ ਧਨ ਪ੍ਰਾਪਤ ਹੈ, ਉਸ ਵਾਹਿਗੁਰੂ ਨੂੰ ਤੂੰ ਆਪਣੇ ਮਨ ਵਿੱਚ ਪਰੋਏ ਤੋਂ ਭਾਵ ਧਾਰਨ ਕਰਕੇ ਰੱਖ। ਜਿਨ ਤੇਰੀ ਮਨ ਵਰਤ ਬਣਾਈ, ਉਠਤ ਬੈਠਤ ਸਤਿ ਸਹਿਤ ਆਈ। ਇਹ ਮਨ ਜਿਸ ਵਾਹਿਗੁਰੂ ਨੇ ਤੇਰੀ ਸਾਰੀ ਮਨ ਆਦਿਕ ਇੰਦਰੀਆਂ ਅਤੇ ਸਰੀਰ ਦੀ ਸੁੰਦਰ ਬਣਾਵਟ ਬਣਾਈ ਹੈ, ਉੱਠਦਿਆਂ ਬਹਿੰਦਾ ਸਦਾ ਉਹਦਾ ਧਿਆਉਣਾ ਕਰ, ਭਾਵ ਉਹਦਾ ਧੰਨਵਾਦ ਕਰ। ਅਤੇ ਸਹਿ ਧਿਆਏ ਜੋ ਏਕ ਅਲੱਖ ਹੈ, ਈਹਾਂ ਊਹਾਂ ਨਾਨਕ ਤੇਰੀ ਰੱਖੈ। ਮਹਾਰਾਜ ਫਰਮਾਉਂਦੇ, ਮਨ ਉਸੇ ਨੂੰ ਧਿਆਉਣਾ ਕਰ ਜੋ ਇੱਕ ਅਦੁੱਤੀ ਬ੍ਰਹਮ ਅਲੱਖ ਹੈ, ਭਾਵ ਜਾਣਨ ਤੋਂ ਰਹਿਤ ਹੈ, ਅਤੇ ਜੋ ਈਹਾਂ ਊਹਾਂ ਪਰਲੋਕ ਵਿੱਚ ਤੇਰੀ ਇੱਜ਼ਤ ਰੱਖਣ ਵਾਲਾ ਇੱਥੇ ਵੀ ਅਤੇ ਉੱਥੇ ਵੀ। ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਇਹ ਮਨ ਜਿਹਦੀ ਕਿਰਪਾ ਨਾਲ ਤੂੰ ਬਹੁਤ ਹੀ ਦਾਨ ਪੁੰਨ ਕਰਦਾ, ਅਤੇ ਤੂੰ ਅੱਠੇ ਪਹਿਰ ਫਿਰ ਉਸੇ ਵਾਹਿਗੁਰੂ ਦਾ ਧਿਆਨ ਕਰਿਆ ਕਰ, ਧੰਨਵਾਦ ਕਰਿਆ ਕਰ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ। ਜਿਹਦੀ ਕਿਰਪਾ ਨਾਲ ਤੂੰ ਸ੍ਰੇਸ਼ਟ ਕਰਤੱਬਾਂ ਦਾ ਵਿਹਾਰੀ ਬਣਿਆ ਹੋਇਆ, ਕਾਰ ਵਿਹਾਰ ਕਰਦਾ ਸ੍ਰੇਸ਼ਟ, ਉਸ ਵਾਹਿਗੁਰੂ ਨੂੰ ਸਵਾਸ ਸਵਾਸ ਚਿਤਾਰੀ ਯਾਦ ਕਰ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਸ ਦੀ ਕਿਰਪਾ ਨਾਲ ਤੇਰਾ ਰੂਪ ਬੜਾ ਸੋਹਣਾ ਦੇਖ, ਉਹ ਅਨੂਪ ਸੋਹਣੇ ਵਾਹਿਗੁਰੂ ਨੂੰ ਸਦਾ ਸਿਮਰਨਾ ਕਰਿਆ ਕਰ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹਦੀ ਕਿਰਪਾ ਕਰਕੇ ਤੇਰੀ ਜਾਤੀ ਸਭ ਤੋਂ ਨੀਕੀ ਭਾਵ ਚੰਗੀ ਆ, ਉਸ ਵਾਹਿਗੁਰੂ ਨੂੰ ਸਦਾ ਰਾਤ ਦਿਨ ਸਿਮਰਨਾ ਕਰ। ਜੇ ਪ੍ਰਸਾਦ ਤੇਰੀ ਪਾਤਰ ਹੈ, ਗੁਰਪ੍ਰਸਾਦ ਨਾਨਕ ਜਸ ਕਹੈ। ਜਿਹਦੀ ਕਿਰਪਾ ਕਰਕੇ ਸੰਸਾਰ ਵਿੱਚ ਤੇਰੀ ਪਾਤ ਇੱਜ਼ਤ ਰਹਿ ਆਉਂਦੀ ਹੈ, ਮਹਾਰਾਜ ਫਰਮਾਉਂਦੇ ਆ, ਗੁਰੂ ਦੀ ਕਿਰਪਾ ਨਾਲ ਮੈਂ ਉਸਦਾ ਜਸ ਕਹਿੰਦਾ ਹਾਂ। ਜੇ ਪ੍ਰਸਾਦ ਸੁਣੈ ਕਰਨ ਨਾਦ, ਜੇ ਪ੍ਰਸਾਦ ਪੇਖੈ ਬਿਸਮਾਦ। ਜਿਹਦੀ ਕਿਰਪਾ ਨਾਲ ਤੂੰ ਕਰਨ ਹੁੰਦਾ ਕੰਨਾਂ ਨਾਲ, ਨਾਦ ਹੁੰਦਾ ਸ਼ਬਦ ਸੁਣਦਾ। ਸੋ ਜਿਹਦੀ ਕਿਰਪਾ ਨਾਲ ਤੂੰ ਬਿਸਮਾਦ ਹੁੰਦਾ, ਅਸ਼ਚਰਜ ਤਮਾਸ਼ੇ ਅਸ਼ਚਰਜ ਦਰਸ਼ਨ ਵੇਖਦਾ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹਦੀ ਕਿਰਪਾ ਕਰਕੇ ਤੂੰ ਰਸਨਾ ਨਾਲ ਅੰਮ੍ਰਿਤ ਨੂੰ ਮਿੱਠੇ ਬਚਨ ਬੋਲਦਾ, ਅੰਮ੍ਰਿਤ ਵਰਗੇ ਮਿੱਠੇ। ਜਿਹਦੀ ਕਿਰਪਾ ਕਰਕੇ ਸੁਤੇ ਹੀ ਤੇਰਾ ਸੁਖਾਂ ਵਿੱਚ ਵਸਣਾ ਹੋ ਰਿਹਾ। ਜੇ ਪ੍ਰਸਾਦ ਹਸਤ ਕਰ ਚੱਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ। ਜਿਹਦੀ ਕਿਰਪਾ ਕਰਕੇ ਤੂੰ ਹਸਤ ਕਰ ਚੱਲੈ, ਭਾਵ ਤੂੰ ਹੱਸਦਾ ਹੋਇਆ ਚੱਲਣਾ ਕਰਦਾ, ਇੱਕ ਤਾਂ ਇਹ ਭਾਵ ਹੈ। ਜਾਂ ਇਹ ਹੈ ਵੀ ਕਿ ਜਿਹਦੀ ਕਿਰਪਾ ਕਰਕੇ ਤੂੰ ਹੱਥਾਂ ਨਾਲ ਕੰਮ ਕਰਦਾ, ਹਸਤ ਤੋਂ ਕਰ ਚੱਲੈ ਅਤੇ ਪੈਰਾਂ ਨਾਲ ਚੱਲਦਾ। ਜਿਹਦੀ ਕਿਰਪਾ ਕਰਕੇ ਤੇਰੇ ਹੱਥ ਪੈਰ ਚੱਲਦੇ ਆ, ਜਿਹਦੀ ਕਿਰਪਾ ਕਰਕੇ ਤੂੰ ਸੰਪੂਰਨ ਫਲਾਂ ਨਾਲ ਪ੍ਰਫੁੱਲਤ ਹੋ ਰਿਹਾ। ਜੇ ਪ੍ਰਸਾਦ ਪਰਮ ਗਤ ਪਾਵ ਹੈ, ਜੇ ਪ੍ਰਸਾਦ ਸੁਖ ਸਹਿ ਸਮਾਵ ਹੈ। ਜਿਹਦੀ ਕਿਰਪਾ ਕਰਕੇ ਤੂੰ ਪਰਮ ਗਤ ਹੁੰਦੀ ਕੇਵਲ ਮੁਕਤੀ ਨੂੰ ਪਾਵੇਂਗਾ।
जिस दी कृपा करके सहज सुख हुंदा चुत सुख विच समावेंगा। ऐसा प्रभ त्याग अवर कत लग हो, गुरप्रसाद नानक मन जाग हो। ऐसा जो वाहिगुरु है उन्हों छड़ के किस वास्ते अवर हुंदा होर ना दे मगर लगता है। गुरु ग्रंथ साहिब नूं छड़ के, गुरु नानक दे दर नूं छड़ के, ऐह जे वाहिगुरु नूं छड़ के। महाराज फरमाउंदे आ गुरु कृपा द्वारे प्रभु दे मनन करन विच जागो, उहदा मनन करो, मन विच जागण जागरत अवस्था लियाओ अपने च। जागरे मन जागण हारे, बिन हर अवर ना आवस कामा, झूठा मोह मिथ्या पास हारे। जे प्रसाद तू प्रगट संसार, तिस प्रभ कौ मूल ना मनो विसार। जिहदी कृपा करके तू सारे संसार च प्रसिद्ध है, उस वाहिगुरु नूं मन चो कदे भुला ना। जे प्रसाद तेरा प्रताप, रे मन मूड़ता तू ता कौ जाप। जिहदी कृपा करके तेरा प्रताप बनिया होया, हे मूर्ख मना तू उहनूं जपना कर। जे प्रसाद तेरे कारज पूरे, तिसै जान मन सदा हजूरे। जिहदी कृपा करके तेरे काम पूरे हुंदे आ, हे मन तू उहनूं सदा ही हाजर नाजर जानना कर। जे प्रसाद तू पावै साच, रे मन मेरे तू ता स्यों राच। जिहदी कृपा करके तू सच सरूप नूं पा लवेंगा, हे मेरे मन तू उसे नाल राच भाव जुड़ना कर। जे प्रसाद सब की गत होए, नानक जाप जपै जप सोए। जिहदी कृपा करके सारयां दी कल्याण हुंदी है। महाराज फरमाउंदे ओ जपण योग जो परमात्मा है, ओह जपण योग दे जप नूं तू भी जपना कर। जाप साहब, जप जी साहब, मूल मंत्र दा जाप कर। आप जपाए जपै सो नाओ, आप गावाए सो हर गुण गाओ। सो ओ वाहिगुरु जिस पासों आप नाम जपाउंदा है, सो ओही पुरश कहिंदे नाम जपदा है। ते जिस पासों आप गुण गवाउंदा, ओही पुरश हरी दे गुणां नूं गाउंदा है। प्रभु किरपा ते होए प्रगास, प्रभु दया ते कमल बिगास। प्रभु की कृपा नाल जीव नूं प्रगास भाव ज्ञान हुंदा है। प्रभु की दया नाल जीव दा हिरदा कमल खिड़ जांदा है। प्रभु सो प्रसन्न बसै मन सोए, प्रभु दया ते मत उत्तम होए। ओ प्रभु आप प्रसन्न होवे तां जीव दे मन विच आ के वसदा। प्रभु की दया नाल ही जीव की मत्ती जिहड़ी उत्तम हो जाती है। सर्व निधान प्रभु तेरी माया, पहु कछु ना किन हो लया। हे वाहिगुरु तेरी कृपा नाल ही सारे खजाने प्राप्त हुंदे, अपने आप किसी ने कुछ नहीं लिया। जित जित लाभ हो, तित लगै हर नाथ, नानक इन कह कछु ना हाथ। सतगुरु महाराज फरमाउंदे पंचम पिता गुरु अर्जन देव जी, हे हरी, हे नाथ परमेश्वर, जिस पासे तुसी जीवन नूं लगाउंदे हो उधर ही ये जीव लग रहे, क्योंकि इन्हें जीवन के अपने हाथ विच तां कुछ भी नहीं है। श्लोक अगम अगाध पार ब्रह्म सोए, जो जो कहे सो मुक्ता होए। सुन मीता नानक बिनवंता, साध जना की अचरज कथा। श्लोक फरमाउंदे हन महाराज जी, सोए तो पाव ओ परारूप ब्रह्म व्यापक परमात्मा मन बाणी करके अगम अगाध है। जो जो जीव ओदे नामा नूं कहिंदा है, वह माया ते दे बंधना तो मुक्ता होए भाव छुट जांदा है। उस अगम अगाध पार ब्रह्म दी सोए सोभा नूं जो जो बंदा कहिंदा, वह मुक्ता भाव कल्याण स्वरूप हुंदा है। गुरु महाराज जी बिनवता तो भाव कथन करदे आ, कहिंदे हे मित्रा, नाम अभ्यासी पूर्ण संत जिन्हां दी अचरज कथा तू सुनना कर। अष्टपदी च फरमाउंदे अगे, साध कै संग मुख उज्जल होत, साध संग मल सगली खोत। ये भाई संतां दे संग करके जीव का मूँह उजला हुंदा है। संतां दे संग करके जीव दे अंदर ही जिहड़ी ना संपूर्ण पापां रूपी मैल खोत दूर हो जाती है। हौली हौली अंदरों सारी मैल निकल जाती है। साध कै संग मिटै अभिमान, साध कै संग प्रगटै सो ज्ञान। संतां दे संग करके देह दा अभिमान जावे अहंकार मिट जांदा है। संतां दे संग करके सो श्रेष्ठ जिहड़ा ब्रह्म ज्ञान प्रगट हुंदा है। साध कै संग बुझै प्रभ नेरा, साध संग सब होत नबेरा। संतां दे संग करके परमात्मा नूं अपने नेरा हुंदा, नेड़े समझ लैंदा। ते संतां दे संग करके जन्मां जन्मांतरां दे सारे कर्मां दा नबेड़ा फैसला हो जांदा है। तो महापुरखां दी कृपा नाल धर्मराज दर कागद फारे, जन नानक लेखा समझा। साध कै संग पाए नाम रतन, साध कै संग एक ऊपर जतन।
संतां दे संग करके जीव नाम रूप रतन नूं पाउंदा, संतां दे संग करके एक मन दे काबू करन उपर सारा जतन लाउंदा। सारिआं तों उपर जो परमात्मा उह इक परमात्मा दी प्राप्ति दा इह जतन करदा है। साधकी महिमा वरनै कौन परानी, नानक साधकी सोभा प्रभ माहे समानी। कहिंदे महाराज, कहिंदे इहो जिहा किहड़ा बंदा है जो संतां दी महिमा आख सकदा है। मन्ने की गत कही ना जाए, जे को कहे पिछे पछताए, कागद करना लिखण हार, मन्ने का बह करन विचार। सतगुरु महाराज फरमाउंदे आ कि संतां दी सोभा वाहिगुरु दे विच ही समाई होई है, भाव संतां दी उपमा वाहिगुरु दे बराबर ही है। संतां दी जिहड़ी महिमा आखणी है परमात्मा दी ही महिमा। साधकै संग गोचर मिलै, साधकै संग सदा प्रफुल्लै। संतां दे संग करके अगोचर भाव इंद्रियां करके विषय जो परमात्मा मिल जांदा है। संतां दे संग करके जीव सदा ही प्रफुल्लै, खिड़िया रहिंदा, प्रसन्न रहिंदा। साधकै संग आवै बस पंचा, साध संग अमृत रस पहुंचा। संतां दे संग करके पंज जिहड़े आ काम क्रोध आदिक विषय बस विच आ जांदे आ। संतां दे संग करके जीव जिहड़ा है नाम जां आत्म रस रूपी अमृत नूं पहुंचा भाव भोगदा है। साध संग होए सब की रेन, साध कै संग मनोहर बैन। संतां दे संग करके इह सारिआं दी चरण धूड़ी हो जांदा, क्योंकि निम्रता सिख लैंदा। उहनां 'च निम्रता ही बहुत हुंदी, सिखा दिंदे ने अग्गों। संतां दे संग करके मनोहर बैन भाव सुंदर बचनां नूं उचारदा, मिठे मिठे बचन बोलदा। साध कै संग ना कत हूं धावै, साध संग अस्थित मन पावै। संतां दे संग करके मन किसी पासे दौड़दा नहीं, ते संतां दे संग करके मन स्थिति पा लैंदा, टिकाऊ नूं पाउंदा। ताइयों मन फिर दौड़दा नहीं किसी पासे, क्योंकि उहनां दा अपना मन टिकिया हुंदा। हिले हुए मनां कोल बैठांगे उह होर ज़्यादा हिलाउणगे ही। जिन्हें गल्लां सियासत दीआं करनियां, खाण पीण दीआं करनियां, उह तां हिलावेगा ही मन नूं। साध कै संग माया ते पिन, साध संग नानक प्रभ सो प्रसन्न। संतां दे संग करके मन माया तों भिन्न भाव वखरा निरलेप हो जांदा। महाराज फरमाउंदे, संतां दे संग करके वाहिगुरू आप प्रसन्न हो जांदा है वी बहुत चंगा कीता भाई, गुरमुखां दी संगत कर ली तुसीं। साध संग दुश्मन सब मीत, साधू कै संग महापुनीत। संतां दे संग करके सारे एक तां वैरी जिहड़े आ मित्र हो जांदे आ। संतां दे संग करके महा वड्डा पापी भी पुनीत पवित्र हो जांदा। संतां दे संग करके जीव दा जीवन भी वड्डा पवित्र हो जांदा। साध संग के स्यों नहीं बैर, साध कै संग ना भी गा पैर। संतां दे संग करके इहदा किसे नाल वैर भाव नहीं रहिंदा, ते इस करके इहदा पैर बिंगा ही नहीं पैंदा, भाव माड़े पासे भैड़े पासे नहीं तुरदा है। साध कै संग ना ही को मंदा, साध संग जाने परमानंदा। संतां दे संग करके कोई मंदा भैड़ा कर्म नहीं करदा, तो कोई भी मनुख इहनूं फिर मंदा भाव माड़ा ही नहीं लगदा। ते संतां दे संग करके जीव परम आनंद स्वरूप परमेश्वर नूं जाण लैंदा। साध कै संग नाहीं हों ताप, साध कै संग तजै सब आप। संतां दे संग करके हंगता ममता रूपी बुखार नहीं चढ़दा, ते सारा हंकार तजै भाव छड़ दिंदा। आपे जानै साध बढ़ाई, नानक साध प्रभु बन आई। संतां दी पूर्ण वडियाई नूं परमेश्वर आप ही जाणदा, अपनी वडियाई नूं संत आप ही जाणदे ने। महाराज फरमाउंदे आ कि संतां दी वाहिगुरु नाल प्रीति बण आई है। साध कै संग ना कबहू धावै, साध कै संग सदा सुख पावै। संतां दे संग करके लोभी मन कदे भी नहीं धावै भाव दौड़दा, ते इस करके जीव हमेशा सुखां नूं पाउंदा। साध संग बस्त गोचर रहै, साधू कै संग अजर सहै। संतां दे संग करके जीव अगोचर जिहड़ा इंद्रियां तों परे आत्म वस्तु नूं पा लैंदा, इह जीव फिर अजर ना सहारी जाण वाली वस्तु नूं सहै भाव सहारदा। साध कै संग बसै थान ऊचै, साधु कै संग महल पहुंचै। संतां दे संग करके परमेश्वर रूप उच्चे स्थान च वसदा, साध संग च वसदा, फिर महल हुंदा सरूप विच पहुंच जांदा है। क्योंकि साधु कै संग अखर उही है, ते इहदा पिछला अखर अगली पंक्ति महल पहुंचे तों अर्थ कर लैणा। बाकी पता ही है भी संतां दे संग नाल की मिलदा है। साध कै संग दृढ़ सब धर्म, साध कै संग केवल पार ब्रह्म। संतां दे संग करके उह सारे धर्मां नूं दृढ़ भाव धारण कर लैंदा, सारिआं धर्मां दे चलाउण वाले वाहिगुरू नूं दृढ़ भाव वस कर लैंदा, त
ਧਰਮ ਦੇ ਸਾਰਿਆਂ ਚਿੰਨ੍ਹਾਂ ਨੂੰ ਦ੍ਰਿੜਾ ਧਾਰਨ ਕਰ ਲੈਂਦਾ। ਖਿਮਾ, ਅਹਿੰਸਾ, ਦਇਆ, ਮ੍ਰਿਧ, ਸੱਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ ਸੰਤਾਂ ਦੇ ਸੰਗ ਕਰਕੇ ਕੇਵਲ ਤੋਂ ਭਾਵ ਸ਼ੁੱਧ ਪਰਮਾਤਮਾ ਦਾ ਸਰੂਪ ਹੋ ਜਾਂਦਾ। ਕੇਵਲ ਤੇ ਕੇਵਲ ਪਾਰਬ੍ਰਹਮ ਨਾਲ ਜੁੜ ਜਾਂਦਾ। ਸਾਧਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸੰਤਾਂ ਦੇ ਸੰਗ ਕਰਕੇ ਨਾਮ ਰੂਪ ਨਿਧਾਨ ਹੁੰਦਾ, ਖਜ਼ਾਨੇ ਨੂੰ ਪਾਉਂਦਾ। ਮਹਾਰਾਜ ਫਰਮਾਉਂਦੇ, ਅਸੀਂ ਸੰਤਾਂ ਤੋਂ ਬਲਿਹਾਰ ਜਾਂਦੇ ਹਾਂ। ਸਾਧਕੈ ਸੰਗ ਸਭ ਕੁੱਲ ਉਧਾਰ ਹੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ। ਸੰਤਾਂ ਦੇ ਸੰਗ ਕਰਕੇ ਸਾਰੀਆਂ ਕੁਲਾਂ ਨੂੰ ਤਾਰ ਲੈਂਦਾ। ਸੰਤਾਂ ਦੇ ਸੰਗ ਕਰਕੇ ਸੱਜਣਾ ਮਿੱਤਰਾਂ ਅਤੇ ਪਰਿਵਾਰ ਨੂੰ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ। ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸੰਤਾਂ ਦੇ ਸੰਗ ਕਰਕੇ ਜੀਵ ਨਾਮ ਧਨ ਨੂੰ ਪ੍ਰਾਪਤ ਕਰਦਾ ਹੈ, ਜਿਸ ਨਾਮ ਧਨ ਕਰਕੇ ਸਭ ਕੋਈ ਇਸ ਤੋਂ ਵਰੋਸਾਉਣ ਦਾ ਲਾਭ ਪ੍ਰਾਪਤ ਕਰਦਾ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਇੱਕ ਕਣੀ, ਕਿਨਕਾ ਇੱਕ ਜਿਹ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕਹਿ ਸੰਗ ਸੋਭਾ ਸੁਰ ਦੇਵਾ। ਸੰਤਾਂ ਦਾ ਸਤਸੰਗ ਹੋਣ ਕਰਕੇ ਪ੍ਰਲੋਕ ਵਿੱਚ ਧਰਮ ਰਾਜਾ ਇਹਦੀ ਸੇਵਾ ਕਰਦਾ ਅਤੇ ਸੁਰਦੇਵਾ ਇੰਦਰ ਵੀ ਸੋਭਾ ਕਰਦਾ। ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸੰਤਾਂ ਦੇ ਸਤਸੰਗ ਕਰਕੇ ਸਾਰੇ ਪਾਪ ਪਲਾਇਨ ਹੁੰਦੇ, ਦੌੜ ਜਾਂਦੇ ਨੇ। ਫਿਰ ਸੰਤਾਂ ਦੇ ਸੰਗ ਕਰਕੇ ਇਹ ਅੰਮ੍ਰਿਤ ਰੂਪ ਸ਼ੁਭ ਗੁਣਾਂ ਨੂੰ ਪਾਉਂਦਾ ਹੈ। ਸਾਧ ਕਹਿ ਸੰਗ ਸਰਬ ਥਾਨ ਗਮ, ਨਾਨਕ ਸਾਧ ਕਹਿ ਸੰਗ ਸਫਲ ਜਨਮ। ਸੰਤਾਂ ਦੇ ਸਤਸੰਗ ਕਰਕੇ ਇਹਦੀ ਸਾਰੀਆਂ ਥਾਵਾਂ ਵਿੱਚ ਗਮ ਹੁੰਦੀ ਪਹੁੰਚ ਵਾਲੀ ਅਵਸਥਾ ਬਣ ਜਾਂਦੀ ਹੈ। ਮਹਾਰਾਜ ਫਰਮਾਉਂਦੇ, ਸੰਤਾਂ ਦੇ ਸਤਸੰਗ ਕਰਕੇ ਇਹਦਾ ਮਨੁੱਖਾ ਜਨਮ ਸਫਲਾ ਹੋ ਜਾਂਦਾ। ਸਾਧ ਕਹਿ ਸੰਗ ਨਹੀਂ ਕਛ ਕਹਾਲ, ਦਰਸ਼ਨ ਭੇਟ ਹੋਤ ਨਿਹਾਲ। ਸੰਤਾਂ ਦੇ ਸੰਗ ਕਰਨੇ ਕਰਕੇ ਹੱਠ ਯੋਗ ਆਦਿਕ ਔਖੇ ਸਾਧਨਾਂ ਦੀ ਘਾਲ ਕਮਾਈ ਨਹੀਂ ਕਰਨੀ ਪੈਂਦੀ, ਕਿਉਂਕਿ ਸੰਤਾਂ ਦਾ ਦਰਸ਼ਨ ਮਿਲਦਿਆਂ ਸਾਰ ਹੀ ਜੀਵ ਨਿਹਾਲ ਹੋ ਜਾਂਦਾ। ਉਹ ਆਪ ਹੀ ਇੰਨੇ ਪਵਿੱਤਰ ਹੁੰਦੇ ਨੇ, ਇੰਨੀ ਕਮਾਈ ਹੁੰਦੀ ਹੈ, ਜਿਹੜਾ ਵੀ ਆ ਗਿਆ ਉਹੀ ਤਰ ਜਾਂਦਾ। ਸਾਧ ਕਹਿ ਸੰਗ ਕਲੂਖ ਦਹਰੈ, ਸਾਧ ਕਹਿ ਸੰਗ ਨਰਕ ਪਰ ਹਰੈ। ਸੰਤਾਂ ਦੇ ਸੰਗ ਕਰਕੇ ਜੀਵ ਦੇ ਸਾਰੇ ਕਲੂਖਤ ਪਾਪ ਜਿਹੜੇ ਹੁੰਦੇ ਨੇ ਉਹ ਭਾਵ ਹਰੈ ਨਿਵਿਰਤ ਹੋ ਜਾਂਦੇ, ਨਾਸ਼ ਹੋ ਜਾਂਦੇ ਨੇ। ਸੰਤਾਂ ਦੇ ਸੰਗ ਕਰਕੇ ਨਰਕ ਪਰ ਹਰੈ ਦੂਰ ਹੋ ਜਾਂਦਾ ਨਰਕ। ਸੰਤਾਂ ਦਾ ਸੰਗ ਨਰਕਾਂ ਦੇ ਦੁੱਖ ਨੂੰ ਪਰ ਹਰੈ ਦੂਰ ਕਰਨ ਦਾ। ਰਾਜਾ ਜਨਕ ਜਿਵੇਂ ਗਿਆ ਸੀ, ਸਾਰੇ ਨਰਕ ਹੀ ਤਾਰ 'ਤੇ ਸੀ। ਧੰਨ ਧੰਨ ਰਾਜਾ ਜਨਕ ਹੈ ਜੇ ਸਿਮਰਨ ਕੀਓ ਵਿਵੇਕ। ਇਸ ਕਰਕੇ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਸਾਧ ਕਹਿ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਵਿਛੁਰਤ ਹਰ ਮੇਲਾ। ਸੰਤਾਂ ਦੇ ਸੰਗ ਕਰਕੇ ਜੀਵ ਈਹਾਂ ਊਹਾਂ ਲੋਕ ਪ੍ਰਲੋਕ ਵਿੱਚ ਸੁਹੇਲਾ ਸੁਖੀ ਹੁੰਦਾ। ਸੰਤਾਂ ਦੇ ਸੰਗ ਕਰਕੇ ਵਿਛੜਿਆ ਹੋਇਆਂ ਦਾ ਹਰੀ ਨਾਲ ਮੇਲ ਹੋ ਜਾਂਦਾ। ਜੋ ਇੱਛਾ ਸੋਈ ਫਲ ਪਾਵੈ, ਸਾਧ ਕਹਿ ਸੰਗ ਨਾ ਬਿਰਥਾ ਜਾਵੈ। ਸੰਤਾਂ ਦੇ ਸੰਗ ਕਰਕੇ